ਲੱਖ ਤੂੰ ਸਫਾਈਆਂ ਤੇ ਨਾ ਜਿੰਨੇ ਨੇ ਜਿੱਠੀ ਹੋਰਦੇ ਹੁੰਦੇ ਮੈਂ ਰਣਧੀਰ ਸਿੰਘ ਨੂਰ ਤੁਸੀਂ ਪਠਾਣਾ ਮੇਰਾ ਗੀਤ ਤੁਸੀਂ ਸੁਣਿਆ ਹੋਗਾ ਤੇਰਾ ਲਿਖ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਵੀ ਰੋਡ ਉੱਤੇ ਸਰਦੂਰ ਸਿਕੰਦਰ ਤੇ ਅਮਨ ਮੂਰੀ ਨੇ ਗਾਇਆ ਜੀ। ਸਤਿ ਸ਼੍ਰੀ ਅਕਾਲ। ਅਸੀਂ ਪੰਜਾਬੀ ਵੈੱਬ ਟੀ ਵੀ ਤੋਂ ਤੁਹਾਡੇ ਨਾਲ ਵਿਸ਼ੇਸ਼ ਮੁਲਾਕਾਤ ਕਰਨ ਆਏ ਹਾਂ। ਧੰਨਵਾਦ ਜੀ। ਹਾਂਜੀ, ਇਹ ਤੁਸੀਂ ਪਹਿਲਾਂ ਤਾਂ ਸਾਨੂੰ ਆਪਣੇ ਨਾਮ ਬਾਰੇ ਦੱਸੋ। ਮੇਰਾ ਪੂਰਾ ਨਾਮ ਰਣਧੀਰ ਸਿੰਘ ਨੂਰ। ਇਹ ਨੂਰ ਕਿਸ ਤਰ੍ਹਾਂ ਨਾਮ ਦੇ ਨਾਲ ਜੁੜਿਆ? ਇਹ ਨੂਰ ਸਰਦੂਰ ਦੇ ਡੈਡੀ ਨੇ ਮਤਲਬ ਮੇਰਾ ਨਾਂ ਰੱਖਤਾ ਜੀ। ਅੱਛਾ, ਉਹਨਾਂ ਦੇ ਮਤਲਬ ਪਿਆਰ ਸਾਡਾ ਪਹਿਲਾਂ ਤੋਂ ਜੀ। ਉਹ ਬੈਠੇ ਬੈਠੇ ਕਹਿੰਦੇ ਤੂੰ ਤਾਂ ਨੂਰ ਆ ਯਾਰ। ਚਲੋ ਮੈਂ ਠੀਕ ਆ ਜੀ। ਅੱਛਾ ਅੱਛਾ ਨੂਰ ਜੀ, ਤੁਹਾਡਾ ਜਨਮ ਕਿਹੜੀ ਜਗ੍ਹਾ ਦਾ ਵੈਸੇ? ਮੇਰਾ ਜਨਮ ਬਸੀ ਪਠਾਣਾ ਦਾ ਹੀ ਹੈ। ਬਸੀ ਪਠਾਣਾ ਦਾ ਹੈ। ਅਤੇ ਸਕੂਲ ਕਿਹੜੇ ਪੜ੍ਹੇ ਤੁਸੀਂ? ਸਕੂਲ ਮੈਂ ਪਹਿਲਾਂ ਮੰਡੀ ਸਕੂਲ 'ਚ, ਹਾਂ ਉਹ ਤੋਂ ਬਾਅਦ ਗੌਰਮੈਂਟ ਹਾਈ ਸਕੂਲ 'ਚ। ਅੱਛਾ, ਅਤੇ 2 ਸਾਲ ਮਾਤਾ ਗੁਜਰੀ ਕਾਲਜ ਵੀ ਲਾਏ। ਅੱਛਾ ਅੱਛਾ, ਅਤੇ ਜਦੋਂ ਤੁਹਾਡਾ ਬਚਪਨ ਸੀ ਤਾਂ ਉਸ ਵੇਲੇ ਕਿਹੜੇ ਗੀਤ ਜ਼ਿਆਦਾ ਚੱਲਦੇ ਹੁੰਦੇ ਸੀ ਸਪੀਕਰਾਂ 'ਤੇ? ਉਸ ਟਾਈਮ ਤਾਂ ਜੀ ਮੇਰੇ ਉਸਤਾਦ ਜੀ ਗੁਰਦੇਵ ਸਿੰਘ ਮਾਨ ਦੇ ਗੀਤ ਹੁੰਦੇ ਸੀ ਜ਼ਿਆਦਾ। ਹਾਂਜੀ, ਇੰਦਰਜੀਤ ਹਸਨਪੁਰੀ ਦੇ ਗੀਤ ਹੁੰਦੇ ਸੀ। ਹਾਂਜੀ, ਇਹ ਹਰਚਰਨ ਗਰੇਵਾਲ, ਨਰਿੰਦਰ ਬੀਬਾ, ਹਾਂਜੀ ਇਹ ਗਾਇਆ ਕਰਦੇ ਸੀ। ਹਾਂਜੀ, ਜਾਂ ਚਾਂਦੀ ਰਾਮ ਚਾਂਦੀ ਹੁੰਦੇ ਸੀ, ਯਮਲਾ ਜੱਟ ਹੁੰਦੇ ਸੀ। ਕੁਛ ਯਾਦ ਹੈ ਕਿ ਜ਼ਿੰਦਗੀ ਦੇ ਵਿੱਚ ਪਹਿਲਾ ਗੀਤ ਕਿਹੜਾ ਕੰਨਾਂ ਦੇ ਵਿੱਚ ਪਿਆ ਹੋਏਗਾ? ਪਹਿਲਾ ਗੀਤ ਮੈਂ ਸੁਣਿਆ ਸੀ ਇੱਥੇ ਆਪਣੇ, ਊੜਾ ਆੜਾ ਈੜੀ ਸੱਸਾ ਊੜਾ ਆੜਾਵੇ, ਮੈਨੂੰ ਜਾਣਦੇ ਸਕੂਲੇ ਇੱਕ ਵਾਰ ਹੜਾਵੇ। ਅੱਛਾ, ਅਤੇ ਇਹ ਗੀਤ ਜਦੋਂ ਸੁਣਦੇ ਹੁੰਦੇ ਸੀ ਕਦੀ ਕੋਈ ਮਨ 'ਚ ਆਉਂਦਾ ਸੀ ਕਿ ਤੁਸੀਂ ਵੀ ਗੀਤਕਾਰ ਬਣੋਗੇ? ਪਹਿਲਾਂ ਮੇਰੇ ਦਿਲ 'ਚ ਤਾਂ ਗਾਉਣ ਦਾ ਹੀ ਜਜ਼ਬਾ ਉੱਠਿਆ। ਅੱਛਾ, ਕੋਸ਼ਿਸ਼ ਕਰੀ, ਗਾਇਆ ਵੀ, ਕੁਛ ਸਟੇਜਾਂ ਲਾਈਆਂ ਵੀ, ਲੇਕਿਨ ਮਨ ਨੂੰ ਸੰਤੁਸ਼ਟੀ ਨਹੀਂ ਹੋਈ। ਸਕੂਲ 'ਚ ਗਾਉਂਦੇ ਹੁੰਦੇ ਸੀ? ਸਕੂਲ 'ਚ ਨਹੀਂ ਗਾਇਆ, ਸਕੂਲ ਤੋਂ ਬਾਅਦ। ਗਾਉਣਾ ਮਤਲਬ ਕਿਹੜੀ ਉਮਰ 'ਚ ਸ਼ੁਰੂ ਹੋਇਆ? ਗਾਉਣਾ ਤਕਰੀਬਨ ਮਤਲਬ ਮੈਂ 18 ਸਾਲ ਦਾ ਹੁੰਦਾ ਸੀ। ਉਹਨਾਂ ਦਿਨਾਂ 'ਚ ਤਾਂ ਡਿਊਟੀ ਜੋੜੀਆਂ ਦਾ ਯੁੱਗ ਹੁੰਦਾ ਸੀ, ਪੂਰਾ ਯੁੱਗ ਸੀ। ਫਿਰ ਤੁਸੀਂ ਕਿਸ ਤਰ੍ਹਾਂ ਗਾਉਂਦੇ ਸੀ? ਅਸੀਂ ਡਾਂਸਰਾਂ ਨਾਲ ਵੀ ਗਾਇਆ। ਅੱਛਾ ਅੱਛਾ, ਫਿਰ ਇਹ ਗਾਇਕੀ ਤੋਂ ਕੁਛ ਯਾਦ ਹੈ ਕਿਹੜਾ ਗੀਤ ਗਾਉਂਦੇ ਹੁੰਦੇ ਸੀ ਜ਼ਿਆਦਾ ਤੁਸੀਂ ਉਦੋਂ? ਗਾਇਕੀ ਤੋਂ ਇੱਦਾਂ ਜੀ ਵੀ ਤੁਸੀਂ ਆਮ ਸਟੇਜਾਂ 'ਤੇ ਗਾਉਂਦੇ ਗਾਉਂਦਮਾ ਸਰੀਰ ਤੇਰਾ ਢਿੱਲਾ ਹੋ ਗਿਆ, ਸਹੁਰੇ ਆਈ ਨੂੰ ਮਹੀਨਾ ਇੱਕ ਹੋਇਆ। ਅੱਛਾ, ਅਤੇ ਮਤਲਬ ਉਦੋਂ ਆਪਣੇ ਲਿਖੇ ਗੀਤ ਨਹੀਂ ਸੀ ਗਾਉਂਦੇ? ਇਹ ਮੇਰਾ ਆਪਣੇ ਲਿਖਿਆ ਗੀਤ। ਅੱਛਾ, ਤੁਹਾਡੇ ਆਪਣੇ ਲਿਖੇ ਗੀਤ ਸੀਗੇ। ਅੱਛਾ, ਇਹ ਗਾਇਕੀ ਤੋਂ ਗੀਤਕਾਰੀ ਵਾਲੇ ਪਾਸੇ ਜਾਣ ਦਾ ਕਿੱਦਾਂ ਸਵਾਲ? ਬਸ ਉਹੀ ਫਿਰ ਮੇਰੇ ਮਨ 'ਚ ਐਸਾ ਖਿਆਲ ਆਇਆ ਵੀ ਗਾਇਕੀ ਤਾਂ ਮੇਰੇ ਕੋਲ ਚੱਲਣ ਦਾ ਬਣਦਾ ਨਹੀਂ ਸਵਾਲ। ਅੱਛਾ, ਇਹ ਮੈਂ ਸੋਚ ਕੇ ਆਪਣੇ ਕਲਮ ਜਮਾਉਣੀ ਸ਼ੁਰੂ ਕਰਤੀ। ਅੱਛਾ, ਚਲੋ ਹੌਲੀ 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 ਚੱਲਦਾ ਰਿਹਾ ਕੰਮ। ਹਾਂਜੀ, ਜਦੋਂ ਮੈਨੂੰ ਆਪਣੇ ਆਪ ਮਹਿਸੂਸ ਹੋਇਆ ਨਾ ਵੀ ਇਹ ਗੀਤ ਬਣਦਾ ਕੁਛ, ਹਾਂ ਹਾਂ, ਫਿਰ ਮੈਂ ਸਿੱਖਣ ਦੇ ਵਾਸਤੇ ਉਸਤਾਦ ਜੀ ਕੋਲ ਪਹੁੰਚਿਆ। ਅੱਛਾ, ਉਹਨਾਂ ਨੂੰ ਦਿਖਾਏ। ਅੱਛਾ, ਪਹਿਲਾਂ ਤੁਕਬੰਦੀ ਸ਼ੁਰੂ ਹੋਈ? ਹਾਂ, ਤੁਕਬੰਦੀ। ਕੁਛ ਯਾਦ ਹੈ ਤੁਕਬੰਦੀ ਕਿਹੜੀ ਕੀਤੀ ਸੀ ਆਪਣੇ? ਹਾਂ, ਤੁਕਬੰਦੀ ਸੀ, ਮੈਂ ਗੀਤ ਲਿਖਿਆ ਸੀ, ਬੋਲ 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 ਨੀ ਮੁਟਿਆਰੇ ਕੁੰਡਾ ਕੋਲ, ਆਇਆ ਫੌਜ ਵਿੱਚੋਂ ਛੁੱਟੀ ਨੀ ਸਿਪਾਹੀ ਤੇਰਾ ਢੋਲ। ਅੱਛਾ, ਇਸ ਤਰ੍ਹਾਂ ਗੀਤ ਸੀ। ਬਹੁਤ ਵਧੀਆ। ਅੱਛਾ, ਫਿਰ ਤੁਸੀਂ ਮਾਨ ਸਾਹਿਬ ਦੇ ਕੋਲ? ਮਾਨ ਸਾਹਿਬ ਕੋਲ ਗਏ। ਮਾਨ ਸਾਹਿਬ ਕਿਹੜੀ ਜਗ੍ਹਾ ਉਦੋਂ ਹੁੰਦੇ ਸੀ? ਆਪਣੇ ਮਲੇਰਕੋਟਲੇ ਸੀ। ਮਲੇਰਕੋਟਲਾ, ਹਾਂਜੀ। ਤਾਂ ਮੈਂ ਫਿਰ ਉਸਤਾਦੀ ਸ਼ਗਿਰਦੀ ਰਸਮ ਉੱਥੇ ਹੀ ਕੀਤੀ ਮਲੇਰਕੋਟਲੇ। ਉਦੋਂ ਉਸਤਾਦੀ ਸ਼ਗਿਰਦੀ ਦਾ ਕੀ ਪ੍ਰੋਸੀਜਰ, ਕੀ ਸਿਸਟਮ ਹੁੰਦਾ, ਕਿਵੇਂ ਕਰਦੇ? ਯਾਰ ਤਾਂ ਮੈਂ ਤਾਂ ਛੋਟਾ ਜਿਹਾ ਕੰਮ ਕੀਤਾ ਜੀ। ਹਾਂਜੀ, ਇੱਕ ਪੱਗ, ਹਾਂ ਹਾਂ, ਅਤੇ 10 ਰੁਪਏ ਉੱਤੇ, ਹਾਂਜੀ, ਬਾਕੀ ਮਠਿਆਈ। ਅੱਛਾ, ਸਗੋਂ ਮਠਿਆਈ ਉਹਨਾਂ ਕੁਛ ਬੋਲਿਓ ਮੰਗਾਈ ਹੋਰ। ਅੱਛਾ, ਵੰਡਣ ਵਾਸਤੇ। ਹਾਂਜੀ, ਅਤੇ ਰਾਤ ਵੀ ਮੈਨੂੰ ਕੋਲੇ ਰੱਖਿਆ। ਹਾਂਜੀ, ਜੇ ਸਮਝੋ ਮੈਨੂੰ ਮਤਲਬ ਬੱਚਿਆਂ ਵਾਂਗੂ ਮੇਰੀ ਸੇਵਾ ਕਰੀ ਉਹਨੇ।
ਅਤੇ ਉਹਨਾਂ ਨੇ ਜਦੋਂ ਤੁਹਾਡਾ ਗੀਤ ਦੇਖਿਆ ਪਹਿਲਾਂ ਤਾਂ ਉਹਦੇ ਬਾਰੇ ਕੀ ਬੋਲਿਓ? ਗੀਤ ਬਾਰੇ ਉਹਨਾਂ ਨੇ ਕਿਹਾ ਜੀ ਤੂੰ ਵਧੀਆ ਠੀਕ ਲਿਖਦਾ, ਲਿਖ ਸਕਦਾ। ਅੱਛਾ ਮੈਂ ਇੱਕ ਗੱਲ ਸੁਣੀ ਸੀ ਵੀ ਉਹਨੇ ਚੇਲੇ ਗੋਰਖਨਾਥ ਦੇ ਨਹੀਂ ਜਿੰਨੇ ਮਾਨ ਸਾਹਿਬ ਦੇ ਸੀ, ਕੀ ਇਹ ਗੱਲ ਸੱਚੀ ਹੈ? ਨਹੀਂ ਇਹ ਗੱਲ ਨਹੀਂ ਹੈ। ਹਾਂਜੀ ਇਹ ਤਾਂ ਹੁਣ ਜਦੋਂ ਬੰਦਾ ਇੱਕ ਲਿਖਣ ਵਾਲਾ ਜਾ ਕੇ ਪੈਰੇ ਫੜ ਲਵੇ, ਹਾਂਜੀ ਫਿਰ ਉਹ ਜਾਣ ਕਿੱਥੇ? ਅੱਛਾ ਫਿਰ ਉਹ ਮਾਨਤਾ ਦੇਣੀ ਪੈਂਦੀ ਸੀ। ਅੱਛਾ ਅਤੇ ਫਿਰ ਮਾਨ ਸਾਹਿਬ ਦੇ ਜਦੋਂ ਤੁਹਾਡੇ ਉਸਤਾਦ ਬਣ ਗਏ ਉਹਨਾਂ ਦੀ ਸ਼ਾਗਿਰਦੀ ਤੋਂ ਬਾਅਦ ਤੁਹਾਡੇ 'ਚ ਕੀ ਬਦਲਾਵ ਆਇਆ ਲਿਖਣ? ਇਹ ਮੈਂ ਹਕੂਮਤ ਇਹਦੇ ਬਾਰੇ ਨੁਕਤੇ ਪੁੱਛਦਾ ਰਿਹਾ ਇੱਕ ਦੋ ਵਾਰੀ, ਉਹਨਾਂ ਕੋਲ ਪਿੰਡ ਵੀ ਗਿਆ, ਉਹਨਾਂ ਪਿੰਡ ਘੂਮ ਸੀ ਆ। ਹਾਂਜੀ ਹਾਂਜੀ ਉੱਥੇ ਵੀ ਉਹਨਾਂ ਕੋਲ, ਉੱਥੇ ਵੀ ਰਾਤ ਰਹਿ ਕੇ ਆਇਆ। ਹਾਂਜੀ ਹਾਂਜੀ ਇੱਕ ਦੋ ਨੁਕਤੇ ਉਹਨਾਂ ਨੇ ਮੈਨੂੰ ਦੱਸੇ, ਹਾਂਜੀ ਤੋਲ ਤੁਕਾਂਤ ਬਾਰੇ। ਹਾਂਜੀ ਫਿਰ ਉਹਦੇ ਨਾਲ ਮਤਲਬ ਮਾਨ ਸਾਹਿਬ ਪਿੰਗਲ ਬਾਰੇ ਵੀ ਗੱਲ ਕਰਿਆ ਕਰਦੇ ਸੀ? ਨਹੀਂ ਪਿੰਗਲ ਬਾਰੇ ਨਹੀਂ ਇੰਨੀ ਕਰੀ ਉਹਨਾਂ ਨੇ। ਹਾਂਜੀ ਵੈਸੇ ਮੈਨੂੰ ਉੱਦਾਂ ਦੱਸਦੇ ਸੀ ਵੀ ਵਜਨ ਕਿਵੇਂ ਹੁੰਦਾ, ਇਹ ਲੈਣ ਦਾ ਇਹ ਲੈਣ ਦੇ ਬਰਾਬਰ ਵਜਨ ਕਿਵੇਂ ਦੇਖਣਾ ਤੁਸੀਂ, ਇਹ ਸਾਰਾ ਕੁਛ ਉਹਨਾਂ ਨੇ ਫਿਰ ਮੈਨੂੰ ਸਮਝਾਇਆ। ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਇਹਦੀ ਉਮਰ ਮਤਲਬ 20 ਸਾਲ ਦੀ ਸੀ। 20 ਸਾਲ ਦੀ ਪੜ੍ਹਾਈ ਚੱਲਦੀ ਸੀ ਉਦੋਂ? ਪੜ੍ਹਾਈ ਚੱਲਦੀ ਸੀ, ਪੜ੍ਹਾਈ ਚੱਲਦੀ ਸੀ। ਅੱਛਾ ਜਦੋਂ ਤੁਸੀਂ ਫਿਰ ਇਹ ਪਹਿਲਾ ਗੀਤ ਤੁਹਾਡਾ ਰਿਕਾਰਡ ਕਦੋਂ ਹੋਇਆ? ਇਹ ਸੰਤਾਂ ਮੇਰੇ ਯਾਦ ਨਹੀਂ। ਹਾਂਜੀ ਵੈਸੇ ਪਹਿਲਾ ਗੀਤ ਪਹਿਲਾਂ ਮੈਂ ਕਿਤਾਬ ਛਪਾਈ ਸੀ ਇੱਕ। ਅੱਛਾ ਕਿਹੜੀ ਕਿਤਾਬ ਸੀ ਉਹ? ਜੱਟੀ ਕੋਟਕਪੂਰੇ ਦੀ। ਅੱਛਾ ਉਹਦੇ ਵਿੱਚੋਂ ਮਤਲਬ ਪੜ੍ਹ ਕੇ, ਹਾਂ ਆਪਣੇ ਗੁਰਜੀਤ ਬਾਬਾ ਅੰਮ੍ਰਿਤਸਰ ਵਾਲੀ, ਹਾਂਜੀ ਉਹਨੇ ਪੜ੍ਹ ਕੇ ਸੋਹਣੀ ਦਾ ਕੜਾ ਇਹ ਰਿਕਾਰਡ ਕਰਾਤਾ ਐਚ ਐਮ ਵੀ 'ਚ। ਅੱਛਾ ਉਹ ਗੀਤ ਦੇ ਬੋਲ ਕੀ ਸੀ? ਵੱਲ ਚਨਾ ਦੇ ਤੁਰ ਪਈ ਸੋਹਣੀ ਕੋਈ ਛਿੜਕ ਲਟਕਾਇਆ, ਦਿਲ ਵਿੱਚ ਅਸੀਂ ਯਾਰ ਮਿਲਣ ਦਾ ਕੋਪਰ ਕਾਰਡ ਕਰਾ ਕੇ ਉਹਨਾਂ ਨੇ ਫਿਰ ਉਹਦੇ ਵਿੱਚੋਂ ਮਤਲਬ ਲੈ ਕੇ ਮੇਰਾ ਐਡਰੈਸ ਮੈਨੂੰ ਚਿੱਠੀ ਲਿਖਤੀ। ਅੱਛਾ ਅੱਗੇ ਫੋਨ ਨਹੀਂ ਸੀ ਹੁੰਦੇ ਤਾਂ? ਹਾਂਜੀ ਹਾਂਜੀ ਚਿੱਠੀ ਲਿਖੀ ਵੀ ਤੇਰੇ ਫਾਰਮ ਅਸੀਂ ਲਿਆਂਦੇ ਤੋਂ ਆ ਕੇ ਸਾਈਨ ਕਰਕੇ ਜਾ। ਜਿਸ ਵੇਲੇ ਤੁਹਾਨੂੰ ਚਿੱਠੀ ਮਿਲੀ ਅਚਾਨਕ ਪਤਾ ਲੱਗਿਆ ਤੁਹਾਡਾ ਗੀਤ ਰਿਕਾਰਡ ਹੋ ਗਿਆ? ਖੁਸ਼ੀ ਤਾਂ ਬਹੁਤ ਹੋ ਗਈ ਵੀ ਐਚਐਮਪੀ ਚ ਹੋ ਗਿਆ। ਅੱਛਾ ਪਰ ਇਹ ਦੇਖੋ ਮੇਰੇ ਕੋਲ ਸਾਧਨ ਨਾ ਬਣਿਆ ਅੰਮ੍ਰਿਤਸਰ ਜਾਣ ਦਾ। ਅੱਛਾ ਕਿਉਂਕਿ ਉਹਨਾਂ ਦੀ ਰੇਚਰ ਬਾਰੇ ਪਤਾ ਨਹੀਂ ਕਿ ਮੈਨੂੰ ਰਾਤ ਰੱਖ ਲੈਣਗੇ ਨਹੀਂ ਰੱਖ ਲੈਣਗੇ। ਹਾਂਜੀ ਵੀ ਕਿਰਾਇਆ ਤਾਂ ਚਲੋ ਬੰਦਾ ਭੱਜ ਨੱਠ ਕਰੇ ਕਰ ਲੈਂਦਾ। ਹਾਂਜੀ ਵੀ ਨਾਈਟ ਰਹਿਣ ਦੀ ਪ੍ਰੋਬਲਮ ਹੋ ਗਈ। ਹਾਂਜੀ ਚਲੋ ਫਿਰ ਮੈਂ ਸੋਚਿਆ ਵੀ ਜਦੋਂ ਚਿੱਠੀ ਦੁਬਾਰਾ ਆ ਗਈ ਫਿਰ ਇੱਕ ਹੋਰ, ਹਾਂਜੀ ਫਿਰ ਮੈਂ ਚਲਿਆ ਗਿਆ। ਸ਼ਾਮ ਨੂੰ ਪਹੁੰਚਿਆ ਤੇ ਲੋਕਾਂ ਨੇ ਬੜੀ ਸੇਵਾ ਕਰੀ, ਰਾਤ ਰੱਖਿਆ, ਹਾਂਜੀ ਪੈਕ ਸ਼ੈਕ ਵੀ ਸਾਂਝੇ ਕਰੇ ਉਹਦੇ ਮਤਲਬ ਹਸਬੰਡ ਨਾਲ, ਕਿਰਪਾਲ ਬਾਬਾ ਜੀ ਨਾਲ, ਹਾਂਜੀ ਹਾਂਜੀ ਹਾਂ ਬੜਾ ਪਿਆਰ ਕਰਿਆ ਤੇ ਰਾਤ ਰੱਖਿਆ। ਬਾਬਾ ਜੀ ਨੇ ਤੁਹਾਨੂੰ ਫਿਰ ਹੋਰ ਗੀਤਾਂ ਬਾਰੇ ਵੀ ਕਿਹਾ? ਹਾਂ ਹੋਰ ਗੀਤਾਂ ਬਾਰੇ ਕਿਹਾ, ਇੱਕ ਦੋ ਹੋਰ ਗੀਤ ਦੱਸੇ ਉਹਨਾਂ ਨੇ ਕਰਾਏ ਸੀ ਬਾਅਦ 'ਚ। ਅੱਛਾ ਉਹ ਕਿਹੜੇ ਸੀ? ਮਿਰਜ਼ਾ ਵੀ ਕਰਾਇਆ ਉਹਨਾਂ ਨੇ। ਅੱਛਾ ਹਾਂ ਰਾਣੀ ਕਿਰਨਮਈ ਵੀ ਕਰਾਇਆ। ਅੱਛਾ ਅੱਛਾ ਤੇ ਬਾਬਾ ਸਾਹਿਬ ਤੋਂ ਇਲਾਵਾ ਹੋਰ ਕਿਹੜੇ ਆਪਣੇ ਗਾਇਕਾਂ ਦੇ ਨਾਲ ਤੁਹਾਡੇ ਗੀਤਾਂ ਦਾ ਸੁਭਾਗ ਬਣਿਆ? ਮੇਰਾ ਗੁੰਦਮਾ ਸੀਰ ਤੇ ਢਿੱਲਾ ਹੋ ਗਿਆ ਕੀਰਤੀ ਵਿੱਚ ਗਾਉਣ ਨੇ ਕਰਾਇਆ। ਹਾਂਜੀ ਸਰਦੂਲ ਸਿਕੰਦਰ ਨੇ ਵੀ ਇਹੀ ਗੀਤ ਕਰਾਇਆ। ਹਾਂਜੀ ਬਾਕੀ ਇਹ ਇੱਕ ਐਸ ਐਸ ਬਾਬਾ ਸੁਚੇਤ ਬਾਲਾ ਨੇ ਕਰਾਇਆ ਗੀਤ। ਹਾਂਜੀ ਇਹ ਆਪਣਾ ਕੇਦੀਪ ਜਗਮੋਹਨ ਜੀ ਹੋਣਾ, ਇਹਨਾਂ ਨਾਲ ਸੁਭਾਗ ਕਿਵੇਂ ਬਣਿਆ? ਮਿਲ ਇਹ ਸਰਦੂਲ ਦੇ ਨਹੀਂ, ਸਰਦੂਲ ਤੋਂ ਗੀਤ ਲੈ ਗਏ। ਅੱਛਾ ਲਿਜਾ ਕੇ ਬਸ ਕਰਾਤਾ। ਤੇ ਸਰਦੂਲ ਨਾਲ ਸੁਭਾਗ ਕਿੱਦਾਂ ਸੀ ਤੁਹਾਡਾ? ਇਹਦਾ ਬਚਪਨ ਤੋਂ ਹੀ ਤਾਂ ਸਰਦੂਲ ਸਾਡੇ ਕੋਲ ਤਿੰਨੇ ਭਰਾ ਆਉਂਦੇ ਹੁੰਦੇ ਨੇ ਇੱਥੇ। ਅੱਛਾ ਜਦੋਂ ਇਹ ਧਾਰਮਿਕ ਪ੍ਰੋਗਰਾਮ ਕਰਦੇ ਨੇ, ਹਾਂਜੀ ਇਹਨਾਂ ਨੇ ਤਕਰੀਬਨ ਜਦੋਂ ਵੀ ਮਤਲਬ ਕਿਸੇ ਏਰੀਏ 'ਚ ਆਉਣਾ ਇੱਥੋਂ ਮਤਲਬ ਇਹਨਾਂ ਨੂੰ ਸ਼ਹਿਰ ਆ ਹੀ ਲੱਗਦਾ ਸੀ ਜ਼ਿਆਦਾ। ਅੱਛਾ ਕੰਨਾਂ ਬਾਅਦ 'ਚ ਲੱਗਣ ਲੱਗਿਆ ਪਹਿਲਾਂ ਬਸੀ। ਹਾਂਜੀ ਅਤੇ ਇੱਥੇ ਇਹਨਾਂ ਨੇ ਮਤਲਬ ਆਪਣਾ ਬੈਠ ਕੇ ਗੱਲਾਂ ਬਾਤਾਂ ਬਣੀਆਂ, ਚਾਹ ਪਾਣੀ ਜੋ ਵੀ ਹੁੰਦਾ ਸੀ ਪੀਣ ਕਰਕੇ ਇੱਥੋਂ ਸ਼ਾਮ ਨੂੰ ਜਾਇਆ ਕਰਦੇ ਨੇ। ਸਰਦੂਲ ਭਾਜੀ ਨੇ ਸਭ ਤੋਂ ਪਹਿਲਾਂ ਤੁਹਾਡਾ ਕਿਹੜਾ ਕਰਾਇਆ ਸੀ? ਇਹਨਾਂ ਨੇ ਕਰਾਇਆ ਜੀ ਤੇਰੇ ਪਿੱਛੇ ਖੂਨ ਹੋਣਗੇ ਜਦੋਂ ਹੋ ਗਈ ਤੂੰ ਜਵਾਨ ਕਿਤੇ ਪੂਰੀ। ਅੱਛਾ ਜੀ ਉਹ ਮੈਨੂੰ ਵੀ ਇਹ ਨਹੀਂ ਪਤਾ ਕਿ ਕਿਹੜੀ ਕੰਪਨੀ ਦਾ ਕਿਹੜੇ ਨਹੀਂ। ਹਾਂਜੀ ਇੱਕ ਤਾਂ ਨੈੱਟ 'ਚ ਵੀ ਪਤਾ ਲੱਗਿਆ ਵੀ ਮੇਰਾ ਕਰਾਇਆ ਵਾ ਉਹਨੇ। ਅੱਛਾ ਅਤੇ ਹੋਰ ਗੀਤ ਕਿਹੜਾ ਸਰਦੂਲ ਭਾਜੀ ਨੇ ਤੁਹਾਡਾ? ਹੋਰ ਗੀਤ ਆਪਣੇ
ਪਾ ਕੇ ਦੁੱਧ ਵਿੱਚ ਦੇ ਦੇ ਚੂਹੇ ਮਾਰ ਗੋਲੀਆਂ ਜਿੱਤ ਕਰ ਦੇ ਬੁੜੀ ਨੂੰ। ਹਾਂਜੀ ਇੱਕ ਉਹ ਲਿਖ ਦੋ ਸਫੈਦਿਆਂ ਦੇ ਨਾਂ ਜਿਹਨਾਂ ਨੇ ਜੀਟੀ ਰੋਡ ਦੇ ਉੱਤੇ ਇਹਦੇ ਸਫੈਦਿਆਂ ਵਾਲਾ ਗੀਤ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ, ਇਹਦੇ ਬੋਲ ਕੀ ਸੀਗੇ? ਪਿਆ ਚਾਣ ਚੱਕ ਆਪਣਾ ਪਿਆਰ ਵੇ, ਤੂੰ ਮੇਰੇ ਨਾਲ ਪਹਿਲਾਂ ਬੈਠਾ ਸੀ ਪਿਆਰ ਵੇ, ਏਦਾਂ ਕੀ ਸੋਹਣਾ ਤੂੰ ਸਾਰੇ ਜੱਗ ਜੋ ਤਨਖਾ, ਮੈਂ ਤਾਂ ਤੇਰੇ ਪਿੱਛੇ ਮਰਦੀਆਂ ਸੋਹਣੀਆਂ ਵੀ ਇੱਕ ਤੇਰੀ ਤੋੜ ਦੇ ਉੱਤੇ। ਉਹ ਕਹਿੰਦਾ ਤੇਰਾ ਦੇਖ ਤੂੰ ਸਫੈਦਿਆਂ ਦੇ ਨਾਲ ਜਿਹਨਾਂ ਨੇ ਜੀਟੀ ਰੋਡ ਦੇ ਉੱਤੇ। ਅੱਛਾ ਅੱਛਾ ਅੱਛਾ, ਇਹ ਉਸ ਵੇਲੇ ਦੇ ਬਹੁਤ ਹੀ ਮਸ਼ਹੂਰ ਗੀਤ ਸੀ ਇਹ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਹੋਰ ਸਿੰਗਰਾਂ ਨੇ ਕਿਹੜੇ ਕਿਹੜੇ ਗਾਇਕਾਂ ਨੇ ਤੁਹਾਡੇ ਗੀਤ ਗਾਏ? ਉਹ ਮੇਰੇ ਜ਼ਿਆਦਾ ਉਸ ਤੋਂ ਬਾਅਦ ਤਾਂ ਫਿਰ ਆਪਣੇ ਮਨਜੀਤ ਰਾਜ ਦਲਜੀਤ ਕੌਰ ਨੇ ਕਾਫੀ ਗਾਏ। ਹਾਂਜੀ ਹਾਂਜੀ, ਤਕਰੀਬਨ 100-150 ਗੀਤ ਇਹਨਾਂ ਨੇ ਗਾਏ। ਹਾਂਜੀ, ਬਾਕੀ ਇੱਕ ਹੋਰ ਹੁੰਦਾ ਜੀ ਅਵਤਾਰ ਭੱਕਰ, ਦਲਜੀਤ ਕੌਰ, ਬਲਜੀਤ ਕੌਰ, ਹਾਂਜੀ ਉਹਨਾਂ ਨੇ ਵੀ ਗਾਏ। ਕਰਮਜੀਤ ਕੰਮਾ ਮਿਸ ਪੂਜਾ ਨਾਲ ਉਹਨੇ ਵੀ ਗਾਇਆ। ਹਾਂਜੀ, ਬਾਕੀ ਹੁਣ ਹਰਬੰਸ ਰੈਲੋਂ ਇੱਕ ਮੁੰਡਾ, ਉਹਨੇ ਵੀ ਗਾਏ ਆ, ਯਾਨੀ ਕਾਫੀ ਨੇ ਗਾਏ ਜੀ ਕੀ। ਅੱਛਾ, ਉਸ ਵੇਲੇ ਕਿਹੜੇ ਕਿਹੜੇ ਗੀਤਕਾਰ ਜਿਹੜੇ ਸੀ ਉਹ ਇੱਕ ਲੈਵਲ ਤੇ ਚੱਲ ਰਹੇ ਸੀ? ਉਸ ਟਾਈਮ ਤਾਂ ਅਸਲ ਤਾਂ ਲਾਭ ਚਤਾਵਲੀ ਵਾਲਾ, ਹਾਂਜੀ, ਤੇ ਇੱਕ ਹੁੰਦਾ ਸੀ ਪਾਲ ਮਜਾਰੇ ਵਾਲਾ, ਹਾਂਜੀ, ਹਾਕਮ ਬਸਤਰੀ ਵਾਲਾ, ਹਾਂਜੀ, ਤੇ ਪਾਲੀ ਦੇਤ ਵਾਲੀ ਆ, ਇਹ ਸਾਡੇ ਇੱਕ ਗਾਮੀ ਸੰਗਤ ਹੋ ਰਹੀ ਆ। ਹਾਂਜੀ, ਇਹ ਸਾਡੇ ਮਤਲਬ ਸਾਡੇ ਲੈਵਲ ਦੇ ਸੀ। ਅੱਛਾ ਅੱਛਾ, ਤੇ ਹੁੱਜਾ ਸਾਹਿਬ ਨਾਲ ਕਦੀ ਮੁਲਾਕਾਤ ਹੋਈ ਸੀ ਤੁਹਾਡੀ? ਹਾਂਜੀ, ਸਦੂਰ ਦੀ ਕੋਠੀ 'ਚ ਇੱਕ ਦੋ ਵਾਰੀ ਹੋਈ, ਉੱਥੇ ਆਉਂਦੇ ਜਾਂਦੇ ਸੀ ਨਾ। ਹਾਂਜੀ ਹਾਂਜੀ, ਉੱਥੇ ਫਿਰ ਮਿਲਦੇ ਕਿੱਦੇ ਨੇ ਜੀ? ਕਿਵੇਂ ਦੇ ਕਿਵੇਂ ਦਾ ਸਵਾਲ ਲੱਗਿਆ? ਬਹੁਤ ਵਧੀਆ ਸਵਾਲ ਲੱਗਿਆ ਮੈਨੂੰ ਤਾਂ। ਹਾਂਜੀ, ਅਤੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ। ਹਾਂਜੀ, ਉਹਨਾਂ ਨੇ ਇਹੀ ਕਿਹਾ ਕਿ ਸਤਿ ਸ਼੍ਰੀ ਅਕਾਲ ਤਾਂ ਮੈਨੂੰ ਇਹੀ ਆ, ਮੈਨੂੰ ਗੀਤ ਦਿਓ ਬਸ। ਅੱਛਾ, ਅਤੇ ਨੂਰੀ ਭੈਣ ਜੀ ਹੋਣਾ ਨਾਲ, ਸਦੂਲ ਹੋਣਾ ਨਾਲ, ਜਦੋਂ ਇਹਨਾਂ ਦਾ ਵਿਆਹ ਹੋਇਆ ਤੁਸੀਂ ਵਿਆਹ 'ਤੇ ਗਏ? ਵਿਆਹ 'ਚ ਮੈਂ ਹੈਗਾ ਸ਼ਾਮ। ਹਾਂਜੀ, ਕਿੱਥੇ ਹੋਇਆ ਸੀ ਵਿਆਹ? ਅੱਛਾ, ਖੰਨੇ 'ਚ। ਖੰਨੇ ਪਾਰਟੀ ਦੀ। ਹਾਂਜੀ, ਰੋਪੜ ਵਿਆਹ ਹੋਏ ਸੀ। ਹਾਂਜੀ ਹਾਂਜੀ। ਅੱਛਾ, ਜੱਸੋਵਾਲ ਸਾਹਿਬ ਨੇ ਉਸ ਵੇਲੇ ਗਾਇਕਾਂ ਨੂੰ ਕਾਫੀ ਸਹਿਯੋਗ ਦਿੱਤਾ ਸੀ। ਹਾਂਜੀ, ਅਤੇ ਤੁਹਾਡੀ ਕਦੇ ਜੱਸੋਵਾਲ ਸਾਹਿਬ ਨਾਲ ਮੁਲਾਕਾਤ ਹੋਈ? ਜੱਸੋਵਾਲ ਨਾਲ ਮੁਲਾਕਾਤ ਹੋਈ ਕਈ ਵਾਰੀ, ਜਾਣੀ ਆਪਣੇ ਨਾਲ ਸਹਿਯੋਗ ਨਾਲ ਤਾਂ ਗੱਲ ਨਹੀਂ ਕੋਈ। ਹਾਂਜੀ ਹਾਂਜੀ, ਕਿਉਂਕਿ ਮੈਂ ਤਾਂ ਲਿਖਦਾ ਸੀ। ਹਾਂਜੀ, ਬਾਕੀ ਉਦਾਂ ਮਿਲਦੇ ਗਿਲਦੇ ਰਹਿੰਦੇ ਜ਼ਰੂਰ। ਹਾਂਜੀ, ਵਧੀਆ ਮਿਲਦੇ ਸੀ। ਅੱਛਾ ਅੱਛਾ, ਘਰ ਵੀ ਆਏ ਮਨਜੀਤ ਰਾਜ ਦੇ ਇੱਕ ਵਾਰੀ, ਪੰਜਾਬੀ ਭੰਗੜੇ ਮੇਲੇ ਵਾਸਤੇ ਕਹਿਣ ਆਏ ਸੀ। ਅੱਛਾ, ਚਲੋ, ਜਿੰਨੇ ਵੀ ਗਾਇਕ ਹੈ ਜਿਨ੍ਹਾਂ ਨੇ ਵੀ ਤੁਸੀਂ ਗੀਤ ਦਿੱਤੇ ਬਹੁਤ ਵਧੀਆ, ਪਰ ਤੁਹਾਡੀ ਆਪਣੀ ਪਸੰਦ ਦਾ ਗਾਇਕ ਕੌਣ ਸੀ? ਕੋਈ ਆਪਣੀ ਪਸੰਦ ਦਾ ਤਾਂ ਮੈਂ ਸਦੂਲ ਸਿਕੰਦਰ ਹੁੰਦਾ, ਜੋ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ। ਹਾਂਜੀ, ਵੀ ਇਹ ਦੁਗਾਣਿਆਂ 'ਚ ਵੀ, ਸੋਲੋ 'ਚ ਵੀ। ਅੱਛਾ, ਸਦੂਲ ਸਿਕੰਦਰ ਮਤਲਬ ਸੁਪਰਸਟ ਕੌਣ ਜੋ। ਅਤੇ ਸਦੂਲ ਜੀ ਬਚਪਨ ਤੋਂ ਹੀ ਰਿਆਜ਼ ਇਹਨਾਂ ਦਾ ਚੱਲ ਆ ਰਿਹਾ ਸੀ? ਇਹਨਾਂ ਨੂੰ ਮਤਲਬ ਤਾਂ ਰਿਆਜ਼ ਮੈਂ ਦੇਖਿਆ ਕੋਈ ਕਰ ਹੀ ਨਹੀਂ ਸਕਦਾ ਕਲਾਕਾਰ ਜਿੰਨਾ ਰਿਆਜ਼ ਇਹ ਕਰਦੇ ਆ। ਇਹਨਾਂ ਦਾ ਰਿਆਜ਼ ਤਾਂ ਤੁਸੀਂ ਦੇਖ ਲਓ, ਤੁਸੀਂ ਹੈਰਾਨ ਰਹਿ ਜਾਓਗੇ ਵੀ ਇਹ ਬੰਦਾ ਤਪੱਸਿਆ ਕਰਦਾ ਕਿ ਰਿਆਜ਼ ਕਰਦਾ। ਅੱਛਾ, ਮਤਲਬ ਸਾਹ ਤਾਂ ਇੰਨਾ ਜ਼ੋਰ ਹੈ, ਸਵੇਰੇ ਉੱਠਦੀ ਸਾਰ ਬੁਰਸ਼ ਵੀ ਕਰਨ ਆਉਂਦੀ, ਇਹਨੇ ਪੇਟੀ ਖੁੱਲ ਕੇ ਬਹਿ ਜਾਣਾ। ਅੱਛਾ, ਮੁੰਡੇ ਨੇ ਕਹੀ ਜਾਣਾ ਸਿਆਲ ਦੇ ਰੁੱਤ 'ਚ, ਭਾਜੀ ਪਾਣੀ ਗਰਮ ਹੋ ਗਿਆ ਨਹਾ ਦਿਓ, ਉਹ ਬਸ ਨਹਾਉਣਾ ਮੈਨੂੰ, ਦੁਪਹਿਰ ਦੀ ਰੋਟੀ ਤੱਕ ਮਤਲਬ ਨਹਾਉਣਾ ਹੀ ਨਹੀਂ। ਅੱਛਾ, ਆਪਣਾ ਰਿਆਜ਼ ਹੀ ਕਰੀ ਜਾਣਾ ਬੱਚੇ, ਇੰਨੀ ਮਿਹਨਤ ਕਰਦੇ। ਅੱਛਾ, ਅਤੇ ਜਿਹੜਾ ਤੁਹਾਡਾ ਲਿਖਣ ਦਾ ਸੀ, ਤੁਹਾਡਾ ਮਤਲਬ ਤੁਹਾਨੂੰ ਸਭ ਤੋਂ ਆਪਣਾ ਪਿਆਰਾ ਗੀਤ ਕਿਹੜਾ ਲੱਗਦਾ? ਜਿਹੜਾ ਸਭ ਤੋਂ, ਦੇਖੋ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ, ਪਰ ਇੱਕ ਪੁੱਤ ਜ਼ਿਆਦਾ ਲਾਡ ਲਾਡੀ। ਨਹੀਂ, ਇੰਨਾ ਤਾਂ ਨਹੀਂ ਹੈ, ਵੈਸੇ ਜੇ ਦੇਖਿਆ ਜਾਵੇ ਮਕਬੂਲ ਤਾਂ ਜ਼ਿਆਦਾ ਹੀ ਹੋਵੇ ਲਿਖਣ ਨੂੰ ਸਫੈਦਿਆਂ ਦੇ ਨਾਂ, ਇਹ ਜ਼ਿਆਦਾ ਮਕਬੂਲ ਹੋਇਆ। ਬਾਕੀ ਜ਼ਿਆਦਾ ਪਹਿਲਾਂ ਉਹ ਚੱਲਿਆ ਜਨ ਸੋਫੀਆਂ ਦੀ ਹੋਵੇ, ਦਾਰੂ ਪੀਣ ਵਾਲਾ ਕੋਈ ਨਹੀਂ ਹੋਵੇ। ਅੱਛਾ, ਇਹਦੇ ਹੋਰ ਭਜਾਈ ਦਾ ਗੀਤ ਆ। ਅੱਛਾ, ਅਤੇ ਤੁਹਾਡੇ ਸਨਮਾਨ ਵਗੈਰਾ ਕਿਹੜੀ ਕਿਹੜੀ ਜਗ੍ਹਾ 'ਤੇ ਹੋਏ? ਸਨਮਾਨ ਕਈ ਜਗ੍ਹਾ ਹੋਈ, ਇੱਕ ਆਪਣੇ ਇੱਧਰ ਭਾਗੋ ਮਾਜਰਾ, ਹਾਂਜੀ, ਮੁੱਲਾਂਪੁਰ ਆਪਣੇ ਦਾਖਾ, ਹਾਂਜੀ, ਨੰਦਾ ਤੋਂ ਪੂਰੀ ਵਾਰਡ ਮਿਲਿਆ ਸੀ। ਹਾਂਜੀ ਹਾਂਜੀ, ਬਾਕੀ ਲੁਧਿਆਣੇ ਪੰਜਾਬੀ ਭਾਗ ਵੀ ਬੋਲਿਆ। ਹਾਂਜੀ, ਹੋਰ ਕਈ ਜਗ੍ਹਾ 'ਚ ਸਭ ਤੋਂ ਪਹਿਲਾਂ ਸਨਮਾਨ ਕਿੱਥੇ ਹੋਇਆ? ਸਭ ਤੋਂ ਪਹਿਲਾਂ ਮੇਰਾ ਸਨਮਾਨ ਤਾਂ ਬਸੀ ਪਠਾਣਾ 'ਚ ਹੋਇਆ ਤਾਂ ਨਵੇਂ ਸਾਲ ਦੀ ਆਮ 'ਚ। ਅੱਛਾ,
ਮੈਂ ਬਹੁਤ ਵਧੀਆ ਤਰੀਕੇ ਨਾਲ ਗਾਵਾਂਗੀ ਬਹੁਤ। ਅੱਛਾ, ਅਤੇ ਜ਼ਿੰਦਗੀ ਦੇ ਵਿੱਚ ਚੱਲਦਿਆਂ ਚੱਲਦਿਆਂ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਜਿਹੜੇ 'ਤੇ ਤੁਸੀਂ ਗੀਤ ਲਿਖਿਆ ਹੋਵੇ ਕੁਛ? ਕਿਉਂਕਿ ਜਿਹੜਾ ਕੋਈ ਲੇਖਕ ਹੁੰਦਾ ਹੈ ਉਹ ਆਪਣੇ ਆਸੇ ਪਾਸੇ ਤਾਂ ਜ਼ਰੂਰ ਲਿਖਦਾ, ਕੁਛ ਇਹੋ ਜਿਹੀ ਚੀਜ਼ ਹਾਲਾਤਾਂ 'ਤੇ ਲਿਖੀ ਹੋਵੇ ਜਾਂ ਕੁਛ ਤੁਸੀਂ ਕੁਛ ਦੇਖਿਆ ਹੋਵੇ ਉਹਨੇ ਲਿਖਿਆ ਹੋਵੇ। ਹੈਗਾ ਸੀ ਸਾਡੇ ਇੱਥੇ ਬੰਦਾ, ਹਾਂਜੀ, ਉਹ ਬੰਦਾ ਮਤਲਬ ਜਿੰਨਾ ਕੰਮ ਕਰਦਾ ਤਾਂ ਉਨੇ ਵੀ ਉਹਦਾ ਰੁਕਿੰਦਾ ਤਾ। ਅੱਛਾ, ਉਹਦੀ ਘਰ ਵਾਲੀ ਤਕਰੀਬਨ ਉਹਦਾ ਕਲੇਸ਼ ਰੱਖਦੀ ਸੀ। ਹਾਂਜੀ, ਉਹ ਕਲੇਸ਼ ਦਾ ਮੈਂ ਉਹਨਾਂ ਨੂੰ ਬਸ ਦੇਖ ਕੇ ਉਹਨਾਂ ਦੇ ਮੈਂ ਗੀਤ ਲਿਖਿਆ ਅਤੇ ਕਾਫੀ ਬਟੋਲਾ ਪੈ ਗਿਆ ਸੀ ਮੁਹੱਲੇ 'ਚ। ਗੀਤ ਕਿਹੜਾ ਸੀ? ਗੀਤ ਸੀ ਉਹ ਤੈਨੂੰ ਸਮਝਾਉਂਦੀ ਮਰਗੀ, ਪੜ ਪੜ ਕੇ ਪਾਉਂਦੀ ਮਰਗੀ, ਤੂੰ ਨਾ ਕਦੇ ਮਨ 'ਚ ਵਿਚਾਰੀ, ਪੀ ਕੇ ਕਹਿੰਦਾ ਪਿੰਡ ਕੁੱਕ ਨੂੰ ਸੋਫੀ ਕੁੱਤੇ ਦੇ ਛੱਡੀ ਨਾ ਮਾਰੀ। ਰੌਲਾ ਕੀ ਪਿਆ ਸੀ? ਰੌਲਾ ਕਹਿੰਦਾ ਵੀ ਤੂੰ ਇਹਨਾਂ ਪਰ ਗੀਤ ਲਿਖਦਾ, ਸਿਆਣੇ ਪਿਆਣੇ ਬੰਦੇ ਤੂੰ। ਅੱਛਾ, ਤੁਹਾਡੇ ਜਦੋਂ ਗੀਤ ਸੁਣਦੇ ਹੁੰਦੇ ਸੀ ਤੁਹਾਡਾ ਨਾਮ ਦੇਖੋ ਗੀਤਾਂ ਦੇ ਵਿੱਚ ਆਉਂਦਾ ਸੀ? ਅਸੀਂ ਵੀ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਜਾਂ ਤੁਹਾਡੇ ਗੀਤ ਸੁਣਦੇ ਹੁੰਦੇ, ਅਸੀਂ ਸੋਚਦੇ ਹੁੰਦੇ ਸੀ ਕਿ ਆਪਾਂ ਨੂਰ ਜੀ ਨੂੰ ਕਦੀ ਮਿਲਾਂਗੇ। ਕਦੀ ਤੁਹਾਨੂੰ ਅਚਨਚੇਤ ਕੋਈ ਇੱਦਾਂ ਨੌਜਵਾਨ ਆਣ ਕੇ ਮਿਲਿਆ ਕਿ ਮੈਂ ਤੁਹਾਡੇ ਗੀਤ ਸੁਣੇ ਜਾਂ ਕਿਸ ਤਰ੍ਹਾਂ? ਕਾਫੀ ਮਿਲਦੇ ਰਹੇ ਨੇ ਵੈਸੇ। ਇੱਕ ਵਾਰੀ ਤੁਹਾਨੂੰ ਮੈਂ ਗੱਲ ਦੱਸਦਾ, ਹਾਂਜੀ, ਮੁਹੰਮਦ ਬੂਟਾ ਤੁਸੀਂ ਸੁਣਿਆ? ਹਾਂਜੀ, ਮੁਹੰਮਦ ਬੂਟੇ ਦੀ ਮਾਂ ਨੇ ਮੇਰਾ ਗੀਤ ਸੁਣਿਆ, ਗੁੱਸੇ ਰਹਿ ਜਾ ਤੇਰੀ ਮਾਂ ਖੜਕਾਉਣੀ ਆ। ਉਹ ਕਹਿੰਦੀ ਮੈਨੂੰ ਮਿਲ ਜਾਵੇ, ਕਹਿੰਦੀ ਇੱਕ ਵਾਰੀ ਲਿਖਣ ਵਾਲਾ। ਮੈਂ ਕਹਿੰਦੀ ਇੱਕ ਵਾਰੀ ਉਹਨੂੰ ਪੁੱਛਣਾ ਵੀ ਇਹ ਤੂੰ ਇਹੋ ਜਿਹੀ ਕੀ ਲਿਖਦਾ, ਤੇਰੇ ਮਾਂ ਭੈਣ ਇਹ ਨਹੀਂ ਕਰ। ਬੂਟਾ ਕਹਿੰਦਾ ਤੂੰ ਮਾਤਾ ਛੱਡ ਦੇ, ਜਦ ਕਹਿੰਦਾ ਬੰਦਾ ਤੇਰੇ ਸਾਹਮਣੇ ਆ ਗਿਆ ਨਾ ਤੈਂ ਕਹਿੰਦੇ ਜੱਫੀਆਂ ਪਾਉਣਾ ਵੀ ਤੂੰ ਤਾਂ ਬੰਦਾ ਹੀ ਵਧੀਆ। ਕੁਦਰਤੀ ਐਸੀ ਗੱਲ ਹੋਈ, ਅਸੀਂ ਮਾਲਪੁਰ ਪ੍ਰੋਗਰਾਮ ਕਰਕੇ ਸ਼ੌਂਕੀ ਮੇਲੇ ਤੋਂ ਅਸੀਂ ਇਹਦਾ ਸਰਦੂਰ ਦਾ ਮਤਲਬ ਸਹੁਰਾ ਸਮਝੋ ਸਾਗਰ ਜੀ, ਅਸੀਂ ਬੂਟੇ ਦੇ ਪਿੰਡ ਚਲੇ ਗਏ। ਉੱਥੇ ਜਾ ਕੇ ਪੀਤੀ ਖਾਧੀ, ਰਾਤ ਨੂੰ ਤਾਂ ਪੈ ਗਏ। ਸਵੇਰੇ ਉੱਠਦੀ ਸਰ ਬੂਟਾ ਕਹਿੰਦਾ ਬੀਬੀ ਕਹਿੰਦਾ ਆਹ ਬੰਦਾ ਜਿਹਨੇ ਲਿਖਿਆ ਹੋਇਆ, ਕਹਿੰਦੀ ਬੰਦਾ ਤਾਂ ਇੰਨਾ ਸਾਊ ਆ, ਇੱਦਾਂ ਹੋ ਨਹੀਂ ਸਕਦਾ, ਕਹਿੰਦੇ ਅਸਲੀ ਬੰਦਾ ਹੈ। ਤੂੰ ਕਹਿੰਦੀ ਮੈਂ ਪੁੱਛਣਾ ਉਹਨੂੰ, ਨਾ ਨਾ ਕਹਿੰਦੀ ਠੀਕ ਆ ਬੰਦਾ, ਉਹੀ ਗੱਲ ਉਹਨੇ ਮੈਨੂੰ ਜੱਫੀ ਚ ਲੱਗੇ ਪਿਆਰ ਕੀਤਾ। ਕਹਿੰਦੀ ਅੱਛਾ, ਪੰਜਾਬ ਕਾਲੇ ਦੌਰ ਚੋਂ ਨਿਕਲਿਆ ਸੀ, ਪੰਜਾਬ ਦੇ ਵਿੱਚ ਇੰਨਾ ਕੁਛ ਹੈ, ਕਦੀ ਤੁਸੀਂ ਇਹਨਾਂ ਹਾਲਾਤਾਂ 'ਤੇ ਕੁਛ ਲਿਖਿਆ ਸੀ? ਲਿਖਿਆ ਕੁਛ ਲਾਈਨਾਂ ਹੋ ਜਾਣ। ਉਹ ਲਿਖਿਆ ਸੀ ਚੰਗਾ ਭਲਾ ਮੈਂ ਰਾਤੀ ਅਧੀਆ ਲਾ ਕੇ ਆਇਆ ਸੀ, ਬੜੀ ਟੌੜ ਨਾਲ ਠੇਕੇਦਾਰ ਨਾਲ ਹੱਥ ਮਿਲਾਇਆ ਸੀ, ਗਿਆ ਤੜਕਿਓ ਤੋੜ ਬਝਾਉਣ, ਦੇਖ ਕੇ ਮੈਂ ਗਸ਼ ਖਾ ਗਿਆ ਨੀ, ਦੋੜਾ ਹੋਇਆ ਕੋਈ ਰਾਤ ਨੂੰ ਠੇਕਾ ਢਾ ਗਿਆ ਨੀ। ਅੱਛਾ, ਆਪਣੇ ਕੇ ਡੀ ਪੋਹਣਾ ਨੇ ਸਭ ਤੋਂ ਇੱਕ ਮਸ਼ਹੂਰ ਗੀਤ ਤੁਹਾਡਾ ਗਾਇਆ ਸੀ, ਕੀ ਨਾਮ? ਇਹੀ ਗਾਇਆ ਸੀ ਗੰਦਮਾ ਸਰੀਰ ਤੇਰਾ ਢਿੱਲਾ ਹੋ ਗਿਆ। ਅੱਛਾ ਅੱਛਾ, ਮੱਛਲੀ। ਹਾਂ ਮੱਛਲੀ, ਹਾਂਜੀ, ਉਹ ਕਦੋਂ ਉਹ ਕਿੱਦਾਂ ਸਬੱਬ ਬਣਿਆ ਮੱਛਲੀ? ਉਹ ਗੀਤ ਸਭ ਤੋਂ ਮਸ਼ਹੂਰ ਹੋਇਆ ਸੀ। ਹਾਂ, ਉਹ ਤਾਂ ਜ਼ਿਆਦਾ ਮਤਲਬ ਕੋਈ ਗਾਉਣਾ ਰਿਕਾਰਡਿੰਗ ਨਹੀਂ ਦਿਲ 'ਚ ਹੈ ਵੀ ਤਾਂ, ਹਾਂਜੀ, ਇਹ ਇੱਕ ਰੱਬੀ ਸਿੰਘ ਬੈਰੋ ਹੋਰੀ ਨਜ਼ਰ, ਹਾਂਜੀ, ਭੰਗੜਾ ਟੀਮ ਜੀ ਬਣਾਈ ਹੋਈ ਸਟੇਜ ਲਾਉਂਦਾ ਹੁੰਦਾ, ਹਾਂਜੀ, ਉਹਨੇ ਸਟੇਜ 'ਤੇ ਇੰਨਾ ਮਸ਼ਹੂਰ ਕਰਤਾ ਤਾ ਨਾ ਇਹ, ਮਤਲਬ ਇੰਨਾ ਰਿਕਾਰਡ ਮਸ਼ਹੂਰ ਨਹੀਂ ਹੋਇਆ ਜਿੰਨਾ ਉਹਨੇ ਸਟੇਜ 'ਤੇ ਮਸ਼ਹੂਰ ਕਰਤਾ ਤਾ। ਅੱਛਾ, ਹਰ ਇੱਕ ਸਟੇਜ 'ਤੇ ਇਸ ਗੀਤ ਦੀ ਫਰਮਾਇਸ਼ ਆਇਆ ਕਰਦੀ, ਇੰਨਾ ਮਕਬੂਲ ਹੋਇਆ। ਅੱਛਾ, ਸਭ ਤੋਂ ਵੱਧ ਜਿਹੜਾ ਪਿਆਰ ਹੈ ਉਹ ਤੁਹਾਨੂੰ ਕਿਹੜੇ ਗੀਤ ਕਰਕੇ ਮਿਲਿਆ? ਦੇਖੋ ਮੈਨੂੰ ਤਾਂ ਤਕਰੀਬਨ ਸਾਰੇ ਜਿਹੜਾ ਵੀ ਮਿਲਿਆ ਪਿਆਰ ਹੀ ਕੀਤਾ ਬੰਦੇ ਨੇ, ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਮਾੜਾ ਲਿਖਦਾ, ਹਾਂਜੀ, ਸਭ ਨੇ ਪਿਆਰ ਹੀ ਦਿੱਤਾ। ਅੱਛਾ, ਇੱਕ ਯੁੱਗ ਗਾਇਕੀ ਦਾ ਗੀਤਕਾਰੀ ਦਾ ਉਹ ਸੀ, ਇੱਕ ਯੁੱਗ ਗਾਇਕੀ ਔਰ ਗੀਤਕਾਰੀ ਦਾ ਇਹ ਚੱਲ ਰਿਹਾ, ਦੋਨਾਂ ਨੂੰ ਤੁਸੀਂ ਜੇ ਦੇਖਦੇ ਤਾਂ ਕਿਸ ਨਜ਼ਰ ਨਾਲ ਦੇਖ ਕੀ ਚੱਲ ਰਿਹਾ ਅਤੇ ਕਿਵੇਂ? ਹੁਣ ਤਾਂ ਅਸੀਂ ਤਾਂ ਗੀਤਕਾਰੀ ਉਹ ਗੀਤਕਾਰੀ ਨੂੰ ਸਮਝਦੇ, ਕੋਈ ਟੁਕਬੰਦੀ ਵੀ ਜੁੜਦੀ ਨਹੀਂ ਕਈ ਤੋਂ, ਹਾਂ, ਪਤਾ ਨਹੀਂ ਗਾਉਣ ਵਾਲੇ ਨੂੰ ਕਿਤੇ ਗਾਈ ਜਾਣਾ ਕਿਵੇਂ ਨਹੀਂ, ਸਾਜ਼ਾਂ ਦਾ ਸ਼ੋਰ ਬਹੁਤ ਹੈ, ਬਾਕੀ ਲਾਵੇ ਤਾਂ ਕੋਈ ਸੁਣਦਾ ਨਹੀਂ। ਹੁਣ ਗੀਤ ਜਿਹੜਾ ਹੈ ਦੇਖਣ ਵਾਲੇ ਆ, ਗੀਤ ਸੁਣਨ ਵਾਲੇ ਨਹੀਂ ਹੈਗੇ, ਅੱਗੇ ਗੀਤ ਸੁਣਨ ਵਾਲੇ ਹੁੰਦੇ ਨੇ। ਅਗਰ ਇਹ ਗੀਤ ਦੇਖਣ ਵਾਲੇ ਨਾ ਹੋਣ, ਅਗਰ ਇਹਨਾਂ ਦੀ ਵੀਡੀਓ ਬਣਨੀ ਬੰਦ ਹੋ ਜਾਏ, ਕੀ ਇਹ ਗੀਤ ਉਹਨਾਂ ਗੀਤਾਂ ਵਾਂਗ ਮਕਬੂਲ ਹੋਣਗੇ? ਬੇਕਾਰ ਹੋਣ ਜਾਣਗੇ,
ਇਹਨਾਂ ਦੀ ਕੋਈ ਵੈਦਿਕ ਪੈਸੇ ਦੀ ਵੈਦਿਕ ਨਹੀਂ ਪਾਈ। ਇੱਕ ਵਾਰੀ ਇਹਦੀ ਗੱਲ ਦੱਸਦਾ, ਸੁਰਿੰਦਰ ਕੌਰ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੇ ਟਾਈਮ ਦਾ ਹੁਣ ਦੇ ਟਾਈਮ ਦਾ ਗਾਉਣ ਦਾ ਕੀ ਫਰਕ ਆ? ਉਹਨੇ ਜਵਾਬ ਦਿੱਤਾ, ਕਹਿੰਦੀ ਵੀ ਜਦ ਅਸੀਂ ਗਾਉਂਦੇ ਤੇ ਅਸੀਂ ਪਬਲਿਕ ਨੂੰ ਨਚਾਉਂਦੇ ਤੇ, ਹੁਣ ਕਹਿੰਦੀ ਜਿਹੜੇ ਗਾਇਕ ਗਾਉਂਦੇ ਆ ਆਪੇ ਨੱਚਦੇ ਕਹਿੰਦੇ ਆਪੇ ਗਾਉਂਦੇ ਆ। ਕੋਈ ਨਵਿਆਂ ਦੇ ਵਿੱਚੋਂ ਤੁਸੀਂ ਕਦੇ ਗੀਤ ਸੁਣਿਆ ਹੋਵੇ ਕੋਈ ਤੁਹਾਨੂੰ ਪਸੰਦ ਆਇਆ ਨਵਿਆਂ ਦੇ ਵਿੱਚੋਂ? ਨਵੇਂ ਤਕਰੀਬ ਮੇਰਾ ਸੁਣਨ ਦਾ ਟਾਈਮ ਨਹੀਂ ਲੱਗਦਾ। ਹਾਂਜੀ, ਜਾਂ ਜ਼ਿਆਦਾ ਟਾਈਮ ਅਖਬਾਰ ਪਰ ਲਾਈਦਾ, ਜਾਂ ਕੋਈ ਨਵਾਂ ਆਈਡੀਆ ਤਾਂ ਬੈਠੇ ਲਿਖ ਲਿਖ ਜੀ ਬਸ। ਅੱਜ ਕੱਲ੍ਹ ਕਿਸ ਚੀਜ਼ 'ਤੇ ਗੀਤ ਲਿਖਦੇ ਹੋ ਤੁਸੀਂ? ਮੈਂ ਤਕਰੀਬਨ ਇੱਕ ਤਾਂ ਉਹ ਆਮ ਚੱਲਦਾ ਜਿਹੜਾ ਖੂਹਾਂ ਦਾ ਚੱਲਦਾ, ਉਹ ਬਣ ਠਣ ਕੇ ਘਰ ਤੋਂ ਚੱਲੀ ਸੀ। ਹਾਂਜੀ, ਨਾ ਨਾਲ ਕੋਈ ਮੈਂ ਇਕੱਲੀ ਸੀ। ਹਾਂਜੀ, ਨਾ ਨਾਲ ਕੋਈ ਮੈਂ ਇਕੱਲੀ ਸੀ। ਅੱਜ ਪਏ ਅਚਿੰਤੇ ਬਾਜ ਜਾਨ ਨੂੰ ਕਜੀਏ ਪੈ ਗਏ, ਮੇਰੀ ਰਫਟ ਲਿਖੋ ਤੋ ਝਪਟ ਮਾਰੀ, ਮੇਰੀ ਗੱਲ ਨਹੀਂ ਖੋ ਕੇ ਲੈ ਗਈ। ਸੁਰੇਸ਼ ਕੁਮਾਰੀ ਨੇ ਬੜਾ ਪਸੰਦ ਕੀਤਾ, ਕਹਿੰਦੇ ਇਹੋ ਜਿਹੇ ਤਾਂ ਗੀਤ ਲੈ ਕੇ ਆਉਂਦੇ ਨੀ ਮੁੰਡੇ, ਕਹਿੰਦੇ ਪਤਾ ਨਹੀਂ ਕਿੱਥੋਂ ਗੀਤ ਲਿਆਉਂਦੇ ਕਿੱਥੋਂ ਨਹੀਂ। ਤੇ ਤੁਸੀਂ ਜ਼ਿਆਦਾ ਦੁਗਾਣਾ ਲਿਖਣਾ ਪਸੰਦ ਕਰਦੇ ਹੋ ਕਿ ਸੋਲੋ? ਮੈਂ ਤਾਂ ਦੁਗਾਣਾ ਲਿਖ ਕੇ ਸੰਤੁਸ਼ਟੀ ਹੁੰਦੀ ਹੈ। ਉਹਦਾ ਕਾਰਨ ਕੀ? ਬਸ ਮਨ ਨੂੰ ਸੰਤੁਸ਼ਟੀ ਆ। ਕਈ ਵਾਰੀ ਮੈਂ ਸੋਲੋ ਲਿਖਦਾ ਲਿਖਦਾ ਫਿਰ ਦੁਗਾਣਾ ਕਰ ਦਿੰਦਾ, ਇਸ ਤਰ੍ਹਾਂ ਦੀ ਗੱਲ। ਮੇਰੇ ਮਨ ਨੂੰ ਮਤਲਬ ਸੰਤੁਸ਼ਟੀ ਨਹੀਂ ਹੁੰਦੀ ਸੋਲੋ ਲਿਖ ਕੇ। ਅੱਛਾ, ਦੇਖੋ ਹਰ ਇੱਕ ਬੰਦੇ ਦਾ ਅਲੱਗ ਅਲੱਗ ਲਿਖਣ ਦਾ ਵਿਸ਼ਾ ਜ਼ਿਆਦਾ ਹੁੰਦਾ, ਤੁਸੀਂ ਕਿਹੜੇ ਵਿਸ਼ੇ 'ਤੇ ਜ਼ਿਆਦਾ ਗੀਤ ਲਿਖੇ ਆ? ਦੇਖੋ ਇੱਕ ਇਸ਼ਕ 'ਤੇ ਲਿਖਿਆ ਜਾਂਦਾ, ਇੱਕ ਹਕੀਕੀ ਇਸ਼ਕ 'ਤੇ ਲਿਖਿਆ ਜਾਂਦਾ, ਇੱਕ ਸ਼ਰਾਬ 'ਤੇ ਵੀ ਲਿਖਿਆ ਜਾਂਦਾ, ਤੁਹਾਡਾ ਵਿਸ਼ਾ ਜ਼ਿਆਦਾ ਕਿਹੜਾ? ਮੇਰੇ ਗੀਤ ਮਿਕਸ ਆ ਤਕਰੀਬਨ। ਹਾਂਜੀ, ਸ਼ਰਾਬ ਵਾਲਾ ਤਾਂ ਵੀ ਉਹਦੇ ਵਿੱਚ ਇਸ਼ਕ, ਅੱਛਾ ਜੇ ਇਸ਼ਕ ਤਾਂ ਵੀ ਉਹਦੇ ਵਿੱਚ ਸ਼ਰਾਬ, ਕੋਈ ਇਹ ਗੱਲ ਨਹੀਂ ਹੈਗੀ, ਮਤਲਬ ਸਾਰਾ ਮਿਕਸ ਕਰਿਆ ਵਿੱਚ। ਕੋਈ ਐਸਾ ਨਹੀਂ ਹੋਊਗਾ ਵੀ ਇਕੱਲਾ ਸ਼ਰਾਬ ਦਾ ਹੀ ਲਿਖਤਾ ਜੀ, ਜਾਂ ਉਹਦੇ ਵਿੱਚ ਕੋਈ ਇਸ਼ਕ ਦੀ ਗੱਲ ਨਾ, ਫਿਰ ਤਾਂ ਗੀਤ ਨਹੀਂ ਹੈਗਾ। ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਸਟੂਡੀਓ ਦੀ ਰਿਕਾਰਡਿੰਗ ਕਿਹੜੀ ਦੇਖੀ ਸੀ? ਮੈਂ ਆਪਣੇ ਇੱਥੇ ਵਾਪਸ ਬਾਬੇ ਦਾ ਹੁੰਦਾ ਸਟੂਡੀਓ ਦਾਮੋਲੇ ਦਾ ਮੋਹਾਲੀ, ਪਹਿਲੀ ਰਿਕਾਰਡਿੰਗ ਉੱਥੇ ਕਰਾਈ। ਅੱਛਾ, ਮੈਂ ਰਾਜ ਦੇ ਨਾਲ ਤਕਰੀਬਨ ਮੈਂ ਜਾਂਦਾ ਰਿਹਾ, ਪਹਿਲੀ ਰਿਕਾਰਡਿੰਗ ਉੱਥੇ ਕਰਾਈ ਸੀ। ਕਿਹੜੇ ਸੰਨ ਦੀ ਗੱਲ ਇਹ? ਸੰਨ ਤਾਂ ਯਾਦ ਨਹੀਂ ਹੁਣ, ਉਦੋਂ ਮਤਲਬ ਹੁਣ ਮੈਂ ਕੰਪਿਊਟਰਾਂ 'ਤੇ ਕਰਦੇ ਹੁੰਦੇ ਕਿ ਸਕੂਲ ਚੱਲਦੇ ਹੁੰਦੇ ਸੀ? ਉਹ ਮਤਲਬ ਹੁੰਦੀ ਲਾਈਵ ਵੀ ਚੱਲਦੀ ਸੀ। ਅੱਛਾ, ਇੱਕ ਪਾਸੇ ਮਸ਼ੀਨ ਲੱਗੀ ਹੋਈ, ਇੱਕ ਪਾਸੇ ਗਾ ਰਹੇ ਹਾਂ, ਵਿਚਾਰੇ ਮਜੀਸ਼ੀਅਨ ਬੈਠੇ ਹਾਂ, ਵਿਚਾਰੇ ਮਜੀਸ਼ੀਅਨ ਨਾਲੇ ਚੱਲਦਾ। ਠੀਕ ਹੈ, ਦੂਜੀ ਰਿਕਾਰਡਿੰਗ ਵੀ ਇੱਦਾਂ ਹੋਈ, ਤਕਰੀਬਨ ਸਾਰੀਆਂ ਰਿਕਾਰਡਿੰਗ ਇੱਦਾਂ ਹੋਈਆਂ। ਅੱਛਾ, ਹੁਣ ਕੋਈ ਨਵੀਂ ਰਿਕਾਰਡਿੰਗ ਦੇਖੀ ਉਸ ਤੋਂ ਬਾਅਦ ਤੁਸੀਂ? ਉਸ ਤੋਂ ਨਵੀਂ ਮੈਂ ਨਹੀਂ ਦੇਖੀ। ਹਾਂਜੀ ਹਾਂਜੀ, ਕਿਉਂਕਿ ਹੁਣ ਬਦਲ ਚੁੱਕਿਆ, ਹੁਣ ਜਿਹੜੇ ਵਿੱਚ ਮਜੀਸ਼ੀਅਨ ਵਾਲਾ ਹਿੱਸਾ ਉਹ ਖਤਮ ਇਹ ਚੱਕਦਾ ਹੁਣ ਤਾਂ ਕੰਪਿਊਟਰ ਸਪੀਡ ਦਾ ਸਭ ਨੂੰ। ਹਾਂਜੀ, ਬਸ ਇਹ ਹੀ ਪਤਾ ਲੱਗਦਾ ਵੀ ਕਿਆ ਗਾਇਆ ਕਿਆ ਕੌਣ ਗਾ ਰਿਹਾ, ਅੱਗੇ ਸਾਨੂੰ ਪਤਾ ਲੱਗਦਾ। ਹਾਂਜੀ, ਸਾਨੂੰ ਗਾ ਕੇ ਸੁਣਾਉਂਦੇ ਤੇ। ਅੱਛਾ, ਸਟੇਜ 'ਤੇ ਸਭ ਤੋਂ ਲੰਬਾ ਟਾਈਮ ਗਾਉਣ ਦਾ, ਵਧੀਆ ਟਾਈਮ ਗਾਉਣ ਦਾ ਕਿਹਦਾ ਸਟੈਮਿਨਾ? ਮੁਹੰਮਦ ਸਦੀਕ ਦਾ। ਕਿੰਨਾ ਕੁ ਚਿਰ ਲੰਬਾ ਗਾ ਲਿਆ? ਦੇਖ ਲਓ 35 ਸਾਲ ਤਾਂ ਇਹਨੇ ਰਣਜੀਤ ਕੌਰ ਨਾਲ ਗਾ ਲਿਆ। ਹਾਂਜੀ, ਬਾਕੀ ਪਹਿਲਾਂ 3-4 ਸਾਲ ਰੰਜਨਾ ਰਾਜਾ ਨਾਲ ਵੀ ਗਾਇਆ। ਅੱਛਾ ਅੱਛਾ, ਹੁਣ ਦੇਖ ਲਓ 5-7 ਸਾਲ ਇਹਦੇ ਨਾਲ ਵੀ ਉਹ ਗਾਉਂਦੇ ਨੇ। ਹਾਂਜੀ ਹਾਂਜੀ, ਇਹਨਾਂ ਦਾ ਕੋਈ ਮਤਲਬ ਹੈ ਜਿਹੜਾ? ਅੱਛਾ, ਕਿਸੇ ਦਾ ਜਦੋਂ ਸੈੱਟ ਟੁੱਟ ਗਿਆ ਉਹ ਬੰਦਾ ਫੇਲ ਹੋ ਗਿਆ। ਹਾਂਜੀ, ਕਲਾਕਾਰ ਚਾਹੇ ਕੋਈ ਵੀ ਆ। ਹਾਂਜੀ, ਇਹ ਬੰਦਾ ਇਕੱਲਾ ਕਲਾਕਾਰ ਜਿਹੜਾ ਫੇਲ ਨਹੀਂ ਹੋਇਆ। ਅੱਛਾ, ਰਾਜਨ ਨਾਲ ਟੁੱਟਿਆ, ਰਣਜੀਤ ਕੌਰ ਦਾ ਸੈੱਟ ਬਣਿਆ, ਫੇਰ ਪਾਸ। ਅੱਛਾ, ਤੁਸੀਂ ਵੀ ਕੋਈ ਕਿਸੇ ਜੋੜੀ ਦਾ ਸੈੱਟ ਬਣਾਇਆ ਸੀ ਜਿੱਦਾਂ ਮਤਲਬ, ਕਿਉਂਕਿ ਉਸ ਵੇਲੇ ਕਈ ਸੋਲੋ ਗਾਉਂਦੇ ਸੀ, ਕਈ ਕੁੜੀਆਂ ਅਲੱਗ ਆਉਂਦੀਆਂ ਸੀ, ਤੁਹਾਡੇ ਕੋਲ ਤਾਂ ਕੁੜੀਆਂ ਵੀ ਆਉਂਦੇ ਸੀ, ਮੁੰਡੇ ਵੀ ਆਉਂਦੇ ਸੀਗੇ? ਅਸੀਂ ਤਾਂ ਸਦੂਰ ਦੇ ਸੈੱਟ ਲੱਗੇ ਦੇ ਬਣਾਉਣ, ਸਦੂਰ ਨੇ ਜਵਾਬ ਦੇ ਦਿੱਤਾ। ਕਿਹੜਾ ਮਤਲਬ? ਸੁੱਖੀ ਆ ਗਈ ਤੀ ਉੱਥੇ,
ਆਪਣੇ ਜਿਹੜੀ ਰਮਲੇ ਨਾਲ ਗਾਇਆ ਕਰਦੀ ਪਹਿਲਾਂ ਸੁਖਵੰਤ ਸੁੱਖੀ। ਅੱਛਾ, ਮੈਂ ਕਿਹਾ ਸੁੱਖੀ ਦਾ ਰਿਕਾਰਡ ਬਹੁਤ ਵਧੀਆ, ਤੂੰ ਕਰ ਲਾ ਸੈੱਟ, ਠੀਕ ਹੈ ਹੁਣ। ਇਹਨੇ ਫਿਰ ਮੈਨੂੰ ਪਰੇ ਕਰਕੇ ਕਿਹਾ, ਕਹਿੰਦਾ ਨਹੀਂ ਇਹਦੀ ਆਪਣੇ ਰਾਣੀ ਦੀ ਗੱਲ ਬਣਨੀ, ਇਹਦੀ ਗਾਈ ਕੀ ਸਾਡੀ ਗਾਈ ਕੀ ਫਰਕ ਆ। ਅੱਛਾ, ਇਹਦੇ ਫਿਰ ਮੈਨੇ ਬਾਅਦ ਦੱਸਿਆ, ਕਹਿੰਦਾ ਮੇਰੇ ਤਾਂ ਰਿਵਾਜ਼ ਹੈ ਕੁੜੀ ਮੇਰੇ ਵਰਗੀ ਹੋਵੇ, ਮਤਲਬ ਜਿਹਾ ਜਿਹਾ ਮੈਂ ਗਾਉਣਾ ਥੋੜ੍ਹਾ ਬਹੁਤਾ ਫਰਕ ਚੱਲ ਸਕਦਾ। ਫਿਰ ਅਮਰ ਨੂਰੀ ਨਾਲ ਕਿਸ ਤਰ੍ਹਾਂ ਹੋਇਆ? ਅਮਰ ਨੂਰੀ ਦਾ ਇਹਨੇ ਪਹਿਲਾਂ ਹੀ ਸੈਟਿੰਗ ਕਰੀ ਵੀ। ਅੱਛਾ, ਚਲੋ ਫਿਰ ਉਹਦਾ ਬਾਪ ਦੇ ਜ਼ਰੀਏ ਵੀ ਥੋੜ੍ਹੀ ਜੋਗੀ, ਹਾਂਜੀ ਉਹਨੂੰ ਵੀ ਚਾਹੀਦਾ ਤਾਂ ਕਿ ਹੁਣ ਜਿਹੜਾ ਗਾਇਕ ਮੁੰਡਾ ਮਿਲੇ ਵਧੀਆ ਮਿਲੇ। ਹਾਂਜੀ ਹਾਂਜੀ, ਫਿਰ ਉਹਦਾ ਤਾਂ ਇਹਨਾਂ ਸੈਟਿੰਗ। ਅੱਛਾ, ਅਤੇ ਤੁਸੀਂ ਕਿਤਾਬ ਫਿਰ ਇੱਕੋ ਹੀ ਲਿਖੀ ਜਾਂ ਕਿਤਾਬ? ਨਹੀਂ, ਇੱਕ ਹੋਰ ਵੀ ਲਿਖੀ ਤੀ। ਹਾਂਜੀ, ਬਤਲੂ ਪਤੰਗ ਵਰਗੀ। ਅੱਛਾ, ਕਿਤਾਬਾਂ ਤੁਹਾਡੀਆਂ ਕਿਹਨੇ ਛਾਪੀਆਂ ਸੀ? ਇਹ ਉੱਥੇ ਉੱਤਮ ਸਿੰਘ ਰਵਚਨ ਸਿੰਘ ਅੰਮ੍ਰਿਤਸਰ। ਅੱਛਾ, ਉੱਤਮ ਸਿੰਘ। ਅਤੇ ਅੱਜ ਕੱਲ੍ਹ ਕੁਛ ਡੂੰਘਾ ਲਿਖਣਾ ਕਰ ਰਹੇ ਹੋ ਸ਼ੁਰੂ ਤੁਸੀਂ, ਕਿਉਂਕਿ ਹੁਣ ਤੁਸੀਂ ਉਮਰ ਦੇ ਉਸ ਪੜਾਅ 'ਤੇ ਪਹੁੰਚ ਚੁੱਕੇ ਹੋ ਜਿੱਥੇ ਹਾਲੇ ਨਹੀਂ ਪਹੁੰਚੇ ਉਸ ਪੜਾਅ 'ਚ ਨਾ ਬਚਾਓ ਨਹੀਂ, ਇੱਕ ਸਿਆਣੇ ਵਾਲੇ ਪੜਾਅ ਦੇ ਵਿੱਚ। ਨਹੀਂ ਹਾਲੇ ਨਹੀਂ। ਅੱਛਾ, ਹਾਲੇ ਰਹਿਣ, ਹਾਲੇ ਮਤਲਬ ਜਵਾਨੀ ਜਿੰਦਾਬਾਦ ਹੈ, ਹਾਲੇ ਤਾਂ ਜੜਾਂ ਨੂੰ ਮਿੱਟੀ ਲਾ ਲਓ, ਹੋਰ ਖੜੇ ਰਹੀ ਗਏ ਕਰੋ। ਅੱਛਾ ਅੱਛਾ, ਜਿਹੜਾ ਇਹ ਯੁੱਗ ਹੁਣ ਚੱਲ ਰਿਹਾ ਜਾਂ ਯੁੱਗ ਪਹਿਲੇ ਹੈ, ਤੁਹਾਨੂੰ ਕੁਛ ਲੱਗਦਾ ਕਿ ਅਗਲਾ ਯੁੱਗ ਕਿਹੋ ਜਿਹਾ ਆਏਗਾ ਗਾਇਕੀ ਦਾ? ਦੇਖੋ ਇਹ ਜਿਹੜਾ ਹੁਣ ਤਾਂ ਗਰਾਊਂਡ ਵੱਲੇ ਜਾ ਰਿਹਾ ਤਕਰੀਬਨ ਕੰਮ। ਅੱਛਾ, ਕੋਈ ਆਸ ਗਾਇਕੀ ਦਾ? ਵਧੀਆ ਯੁੱਗ ਤਾਂ ਹੁਣ ਮੈਨੂੰ ਇਹਦਾ ਹੀ ਕੋਈ ਆਉਣ ਦੀ, ਕਿਉਂਕਿ ਇੱਕ ਤਾਂ ਗਾਇਕੀ ਦੀ ਹੁਣ ਕੀਮਤ ਨਹੀਂ ਰਹੀ। ਹਾਂਜੀ, ਉਹਨਾਂ ਦਾ ਰਿਕਾਰਡਿੰਗ ਹੁੰਦੀ ਆ, ਰਿਕਾਰਡ ਆਪਣੇ ਸਿਰ 'ਤੇ ਕਰਾਓ, ਵੀਡੀਓ ਪਾ ਦਿਓ ਉਹਦੇ 'ਤੇ, ਨਾ ਕੁਛ ਮਿਲਣਾ ਨਾ ਕੁਛ, ਉਹਦੇ ਪਿੱਛੋਂ ਕੋਈ ਹਟ ਗਈ। ਅੱਛਾ, ਤੁਹਾਨੂੰ ਉਸ ਸਮੇਂ ਰਾਇਲਟੀ ਆਉਂਦੀ ਸੀ? ਰਾਇਲਟੀ ਮਿਲਦੀ ਸੀ। ਕਿੰਨੀ ਆਉਂਦੀ ਸੀ ਗੀਤ ਦੀ? ਜਦ ਤਾਂ 2.5% ਹੁੰਦੀ HMV ਸੀ। ਅੱਛਾ, ਅਤੇ ਬਾਕੀ ਫਿਰ ਕੈਸਟਾਂ ਦੀ ਉੱਕੇ ਚੁੱਕੇ ਹੁੰਦੇ ਵੀ ਤੱਕ ਵੀ ਹੁੰਦੇ। ਮਤਲਬ ਤੁਹਾਨੂੰ ਸਭ ਤੋਂ ਵੱਧ ਰਾਇਲਟੀ ਕਿਹੜੇ ਗੀਤ ਦੀ ਆਈ ਸੀ? ਮੈਨੂੰ ਤਾਂ ਉਹਦੀ ਆਈ ਸੀ ਯਾਰ, ਕਹਿੰਦਾ ਨਾ ਮਾਰੋ ਮਿਲ ਜੇ ਯਾਰ ਪਿਆਰਿਆਂ ਨੂੰ, ਗੁਰਮੀਤ ਬਾਬਾ ਨੇ ਗਾਇਆ ਤਾ। ਹਾਂਜੀ, ਉਹਦੇ ਜਦ ਮੈਨੂੰ ਪੈਸੇ ਆਏ ਉਸ ਟਾਈਮ ਇੰਨਾ, ਮਤਲਬ ਮੈਂ ਟਾਈਟ ਤਾ ਸਮਝ, ਜਦੋਂ ਮਨੀ ਮਨੀ ਆਰਡਰ ਆਇਆ ਕਰਦਾ ਜਦੋਂ। ਹਾਂਜੀ, ਜਦੋਂ ਮਨੀ ਆਰਡਰ ਆਇਆ 700 ਰੁਪਏ ਦਾ ਮਨੀ ਆਰਡਰ ਆਇਆ ਤਾ। ਹਾਂਜੀ, ਉਹ 700 ਇਸ ਟਾਈਮ ਮਤਲਬ ਸਮਝੋ 17,000 ਘੱਟੋ ਘੱਟ ਹੋਊਗਾ। ਅੱਛਾ, ਬਸ ਪੁੱਛੋ ਨਾ ਫਿਰ ਮਨੀ ਆਰਡਰ ਲਿੱਤਾ ਜਿਹੜੇ 10 ਰੁਪਏ ਦੀ ਬੋਤਲ ਲਿਆਂਦੀ। ਹਰ ਜਗ੍ਹਾ 'ਤੇ ਬੋਤਲ ਆ ਜਾਂਦੀ ਹੈ, ਮਤਲਬ ਤੁਸੀਂ ਲਿਖਦੇ ਵੀ ਜਿੱਥੇ ਵੀ ਬੋਤਲ ਹੁੰਦੀ ਹੈ ਹੁੰਦੀ ਹੈ ਨਾਲ। ਇਹ ਆਪਣਾ ਸ਼ੁਗਲ ਰਿਹਾ। ਚਲੋ, ਇਹ ਤਾਂ ਸ਼ੁਗਲ ਹੋਇਆ। ਕੋਈ ਗੀਤ ਇੱਦਾਂ ਦਾ ਜਿਹੜਾ ਇਹ ਬੋਤਲ ਰੋਕਣ ਵਾਸਤੇ ਹੋਵੇ, ਕਿ ਬੋਤਲ ਨਹੀਂ ਚਾਹੀਦੀ, ਨਸ਼ਾ ਰੋਕਣ ਵਾਸਤੇ ਵੀ ਕਰਨੀ ਹੁੰਦੀ? ਨਹੀਂ, ਤੂੰ ਮੜਾ ਸ਼ਰਾਬ ਤੇਰੀ ਮੜੀ ਆ, ਇਹ ਵੀ ਰਿਕਾਰਡ ਹੋਇਆ ਮੇਰਾ। ਅਤੇ ਹੁਣ ਕਿੰਨੀਆਂ ਕੁ ਡਾਇਰੀਆਂ ਗੀਤਾਂ ਰਹੀਆਂ ਆਪਣੀਆਂ ਲਿਖੀਆਂ ਗਈਆਂ? ਗੀਤ ਤਾਂ ਹੋਇਆ ਹੋਣਾ 250 ਦੇ ਵੀ। ਅੱਛਾ, 250 ਰਿਕਾਰਡ ਵੀ ਹੋ ਗਿਆ। ਹਾਂਜੀ, ਇਹ ਤਾਂ ਹੋਤਾ 250 ਵੱਧ ਵੀ ਹੋਵੇ। ਅੱਛਾ, ਜਿਸ ਤਰ੍ਹਾਂ ਤੁਹਾਡੇ ਉਸਤਾਦ ਮਾਨ ਸਾਹਿਬ ਸੀ, ਕੋਈ ਤੁਹਾਡਾ ਅੱਗੇ ਸ਼ਾਗਿਰਦ ਜਿਹੜਾ ਤੁਹਾਡੀ ਵਿਰਾਸਤ ਨੂੰ ਸੰਭਾਲਣ ਵਾਲਾ? ਸ਼ਾਗਿਰਦ ਇੱਕ ਦੋ ਬਣੇ ਹੈਗੇ ਵੈਸੇ। ਹਾਂਜੀ, ਉਹ ਮੁੰਡੇ ਚੱਲੇ ਨਹੀਂ ਹੈਗੇ। ਅੱਛਾ, ਕਿਉਂ? ਇੱਕ ਤਾਂ ਮੁੰਡਾ ਇੱਥੇ ਤਲਾਣੀ ਅੱਧਾ ਗਰੀਬ ਘਰ ਦਾ ਮੁੰਡਾ ਤਾਂ। ਹਾਂਜੀ, ਚਲੋ ਹੈ ਤਾਂ ਅਸੀਂ ਵੀ ਗਰੀਬ ਹਾਂ। ਹਾਂਜੀ, ਉਹ ਜ਼ਿਆਦਾ ਗਰੀਬ ਸੀ। ਉਹਨੂੰ ਇੱਕ ਮੁੰਡਾ ਕੋਈ ਬਾਹਰ ਦਾ ਸੈੱਟ ਹੋ ਗਿਆ ਉਹਦੇ ਨਾਲ, ਉਹਦੇ ਗੀਤ ਲੈ ਕੇ ਆਪਣਾ ਨਾਂ ਪਾ ਕੇ ਉਹਨੂੰ ਬਸ ਦੇ ਕੇ 1,000 ਰੁਪਇਆ ਦੇ ਕੇ ਲੈ ਕੇ ਲਈ ਗਿਆ। ਉਹ ਤਾਂ ਇੱਦਾਂ ਮਤਲਬ ਫਿਰ ਤੇ ਕਰਤਾ ਉਹਨੇ। ਬਾਕੀ ਇੱਕ ਹੋਰ ਤਾਂ ਥੋੜ੍ਹਾ ਜਿਹਾ ਲਿਖਿਆ ਨਾ ਕਰਦਾ, ਬਾਹਰ ਚਲਾ ਗਿਆ ਬਸ, ਹੋਰ ਜ਼ਿਆਦਾ ਪਾਉਂਦੇ। ਕਦੀ ਇੱਦਾਂ ਵੀ ਹੋਇਆ ਤੁਹਾਡਾ ਗੀਤ ਕਿਸੇ ਨੇ ਆਪਣਾ ਨਾਮ ਪਾ ਕੇ ਚੋਰੀ ਕਰ ਲਿਆ? ਹਾਂ, ਇਹ ਤਾਂ ਇਹ ਤਾਂ ਬਹੁਤ ਚਾਂਸ ਹੋਇਆ, ਇਹੋ ਜਿਹੇ ਬਹੁਤ ਹੋਏ। ਲੁਧਿਆਣੇ ਜਾਣ ਦਾ ਮੇਰਾ, ਲੁਧਿਆਣੇ ਛੱਡਣ ਦਾ ਮੇਰਾ ਜਿਹੜਾ ਅਸਲ ਕਾਰਨ ਇਹੀ ਆ, ਜਿੰਨੀ ਲੁਧਿਆਣੇ ਚੋਰੀ ਹੁੰਦੀ ਉਸ ਟਾਈਮ, ਇੰਨੀ ਨਹੀਂ ਕਿਤੇ ਹੁੰਦੀ। ਗੀਤ ਲੈ ਲੈਣਾ, ਲੈ ਕੇ ਬਸ ਬੈਠਣਾ, ਖਾ ਪੀ ਕੇ ਜਦ ਆ ਜਾਣਾ ਘਰ ਨੂੰ, ਜਦ ਦੇਖਣਾ ਰਿਕਾਰਡ ਆ ਗਿਆ। ਇੱਥੇ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਵੀ ਸਪੀਕਰ 'ਤੇ ਵੱਜ ਰਿਹਾ,
ਮੁੰਡਿਆਂ ਨੇ ਭੱਜੇ ਫਿਰਨਾ ਬਾਈ ਦਾ ਗੀਤ ਚੱਲ ਰਿਹਾ ਜਾਂ ਦੇਖਣਾ ਪਿੱਛੇ ਨੌ ਗੀਤ ਆ ਗਿਆ ਪੁਰਾਣੇ ਦਾ ਆ ਗਿਆ ਜੀ, ਆਹ ਗੋਲੀ ਦਾ ਨੌ ਆ ਗਿਆ ਜੀ ਜਾਂ ਪੁਰਾਣੇ ਦਾ, ਏਦਾਂ ਬਹੁਤ ਚੱਲੇਗਾ। ਕੋਈ ਕਿਹੜਾ ਗੀਤ ਕੋਈ ਸਭ ਤੋਂ ਮਸ਼ਹੂਰ ਜਿਹੜਾ ਹੋਇਆ ਜਿਹੜਾ ਤੁਹਾਡਾ ਚੋਰੀ ਹੋਇਆ ਸੀ ਗੀਤ? ਮੇਰਾ ਗੀਤ ਕਰਿਆ ਤਾਂ ਪੁਸ਼ਪਾ ਨਾਲ ਭਜਨ ਤਾਣਕ ਨੇ, ਹਾਂਜੀ, ਉਹਦੇ ਵਿੱਚ ਗੋਲੀ ਦਾ ਨੌ ਪਾਤਾ। ਅੱਛਾ, ਆਈ ਨਹੀਂ ਭਾਬੀ ਦੌੜ ਕੇ ਕੋਠੀ ਉੱਤੇ ਟੋਆ, ਕੋਠੀ 'ਤੇ ਟੋਆ ਅਗਦਾ ਹੁਣ ਕੋਲ ਸਦਰਾਂ ਦਾ ਮਾਰਾ, ਇਹ ਗੀਤ ਦਾ ਪੂਰਾ ਗੀਤ ਸਾਰਾ ਹੀ ਜਿੱਥੇ ਨੂਰ ਦਾ ਉੱਥੇ ਗੋਲੀ ਪਾਤਾ। ਅੱਛਾ, ਪਤਾ ਲੱਗਿਆ ਗੋਲੀ ਕੌਣ ਕਹਿੰਦੇ ਮੁੰਡਾ ਪੁਲਿਸ ਦਾ ਜੀ। ਅੱਛਾ, ਬਹੁਤ ਪਹਿਲੇ ਕਦੇ ਚਮਕੀਲਾ ਬਾਈ ਨੂੰ ਮਿਲੇ ਸੀ ਤੁਸੀਂ? ਇੱਕ ਵਾਰੀ ਸਰ। ਕਿਵੇਂ ਦਾ ਲੱਗਿਆ ਪਤਾ? ਉਹਨੇ ਦਫ਼ਤਰ 'ਚ ਬੈਠੇ, ਵਧੀਆ ਬੰਦਾ ਸੀ, ਕੋਈ ਗੱਲਬਾਤ ਤੁਹਾਡੀ ਯਾਦ? ਨਹੀਂ ਬਸ ਪ੍ਰੋਗਰਾਮ ਤੋਂ ਆਇਆ ਸੀ, ਹਾਂਜੀ, ਬਸ ਆ ਕੇ ਬਰੀਫ ਕੇਸ ਟੇਬਲ 'ਤੇ ਰੱਖਤਾ, ਹਾਂਜੀ, ਕੁਰਸੀ ਮੁੰਡੇ ਛੱਡਤੀ ਬੈਠ ਗਿਆ, ਹਾਂਜੀ, ਬਸ ਪੁੱਛਿਆ ਹਾਂ ਜੀ ਕੌਣ ਆਉਂਦਾ, ਕਹਿੰਦੇ ਜੀ ਨੂਰ ਬਾਈ। ਅੱਛਾ ਬਾਈ ਜੀ, ਠੀਕ, ਹੋਰ ਠੀਕ ਆ ਬਾਈ ਜੀ? ਹਾਂ ਠੀਕ, ਹੋਰ ਤਾਂ ਕਾਹ ਚੁ ਬੁਲਾਈ ਬਾਈ? ਹਾਂਜੀ, ਇੰਨੀ ਗੱਲ ਹੋਈ, ਵਧੀਆ ਹੁੰਦਾ। ਅਤੇ ਮਤਲਬ ਇਹ ਜਿਹੜੀ ਵਿਰਾਸਤ ਹੈ ਗੀਤਕਾਰੀ ਦੀ, ਗਾਇਕੀ ਦੀ, ਅਤੇ ਕੀ ਇਹ ਇੱਦਾਂ ਹੀ ਮਤਲਬ ਜਿਸ ਤਰ੍ਹਾਂ ਹੁਣ ਚੱਲਦੀ ਪਈ ਹੈ, ਦੌੜ ਭੱਜ ਚੱਲੀ ਹੋਈ ਹੈ, ਅਤੇ ਕੋਈ ਲੱਗਦਾ ਕੋਈ ਪਰਿਵਰਤਨ ਹੋਏਗਾ ਕਿ ਨਹੀਂ ਹੋਏਗਾ? ਮੁਸ਼ਕਿਲ ਲੱਗਦਾ, ਮੁਸ਼ਕਿਲ ਲੱਗਦਾ, ਮੁਸ਼ਕਿਲ ਲੱਗਦਾ, ਕਿਉਂਕਿ ਅੱਗੇ ਕੋਈ ਚਾਨਣ ਨਹੀਂ ਨਾ ਦੇਖ ਰਿਹਾ। ਜਿਸ ਤਰ੍ਹਾਂ ਅਸੀਂ ਹੁਣ ਪੰਜਾਬੀ ਵੈੱਬ ਟੀ ਵੀ ਵੱਲ ਲੱਗੇ ਹਾਂ, ਪੰਜਾਬੀ ਸੋਸ਼ਲ ਮੀਡੀਆ ਮੇਰਾ ਮੈਗਜ਼ੀਨ ਹੈ, ਅਸੀਂ ਵਰਲਡ ਲੈਵਲ 'ਤੇ ਲੱਗੇ ਹੋਏ ਹਾਂ, ਸਾਨੂੰ ਇਹੋ ਜਿਹਾ ਕੀ ਕਰਨਾ ਚਾਹੀਦਾ ਕਿ ਅਸੀਂ ਪੁਰਾਣੇ ਗੀਤਕਾਰਾਂ ਦੀ ਵਿਰਾਸਤ ਨੂੰ ਸੰਭਾਲੀਏ? ਤੁਸੀਂ ਜੇ ਪੁਰਾਣਿਆਂ ਨੂੰ ਮਤਲਬ ਜਿਸ ਤਰ੍ਹਾਂ ਹੁਣ ਅੱਗੇ ਲਿਆ ਰਹੇ ਹਾਂ, ਹਾਂਜੀ, ਹੋ ਸਕਦਾ ਇਹਨੂੰ ਦੇਖ ਕੇ ਨਵਿਆਂ ਦੇ ਮਤਲਬ ਕੁਛ ਦਿਮਾਗ 'ਚ ਬੋਲੇ ਵੀ ਹਾਂ ਸਾਡਾ ਵੀ ਹੋਣਾ ਚਾਹੀਦਾ, ਅਸੀਂ ਵੀ TV 'ਤੇ ਆਈਏ, ਅਸੀਂ ਵੀ ਇਹ ਸਾਡਾ ਵੀ ਨੰਬਰ ਚੱਲੇ, ਇਹਨੂੰ ਹੋ ਸਕਦਾ ਕਈ ਚੰਦ ਸਮਝ ਆਵੇ। ਸਾਨੂੰ ਵੀ ਤਾਂ ਇੱਦਾਂ ਹੋਈ ਤੇ ਅਸੀਂ ਸੁਣ ਕੇ ਗੀਤ ਲੱਗੇ ਲੇਕਿਨ ਇਹ ਬਹੁਤ ਵਧੀਆ ਥੋੜ੍ਹਾ ਜਿਹਾ ਉਪਰਾਲਾ ਜਿਹੜਾ ਕਰ ਰਹੇ ਹਾਂ ਤੁਸੀਂ। ਸ਼ੁਕਰੀਆ ਜੀ। ਅਤੇ ਦੂਰਦਰਸ਼ਨ 'ਤੇ ਤੁਹਾਡਾ ਪਹਿਲਾ ਗੀਤ ਕਿਹੜਾ ਆਇਆ ਸੀ? ਦੂਰਦਰਸ਼ਨ 'ਤੇ ਤਾਂ ਮਤਲਬ ਤਕਰੀਬਨ ਕਾਫੀ ਵਾਲੇ ਗੀਤ ਉਹਦੇ ਇੱਕ ਆਇਆ। ਅੱਛਾ ਅੱਛਾ ਜੀ। ਨਹੀਂ, ਜਦੋਂ ਆਪਣਾ ਗੀਤ TV 'ਤੇ ਬੈਠ ਕੇ ਦੇਖਦੇ ਹੁੰਦੇ ਸੀ, ਸਾਰਾ ਪਰਿਵਾਰ ਦੇਖਦਾ ਸੀ, ਪਾਰਟੀਆਂ ਪੂਰਟੀਆਂ ਹੁੰਦੀਆਂ ਸੀ, ਪਤਾ ਚੱਲਦਾ ਹੀ ਰਹਿੰਦਾ। ਅੱਛਾ, ਸਾਨੂੰ ਹੁਣ ਇੱਕ ਗੀਤ ਦੇਖੋ, ਤੁਸੀਂ ਗਾਉਂਦੇ ਵੀ ਰਹੇ, ਸਾਨੂੰ ਇੱਕ ਗੀਤ ਜਿਹੜਾ ਸਭ ਤੋਂ ਤੁਹਾਡਾ ਪਿਆਰਾ, ਉਹ ਸਾਨੂੰ ਗਾ ਕੇ ਤਰਨਮ ਦੇ ਵਿੱਚ ਸੁਣਾਓ। ਦੋ ਜੀ, ਪਹਿਲੀ ਤੇਰੀ ਗਲਤੀ ਜ਼ਮੀਨ ਵਿੱਚ ਧਰੀ ਤੂੰ, ਲੈ ਲਿਆ ਟਰੱਕ ਦੂਜੀ ਗਲਤੀ ਇਹ ਕਰੀ ਤੂੰ, ਤੀਜੀ ਤੇਰੀ ਗਲਤੀ ਤੂੰ ਢਾਬਿਆਂ 'ਤੇ ਬਹਿ ਕੇ ਜਿਹੜੀ ਚੂੜੇ ਵਾਲੀ ਦਿੱਤੀ ਹੈ ਵਿਸਾਰ ਮਿੱਤਰਾ, ਫਿਰ ਮੈਂ ਟਰੱਕਾਂ ਨਾਲ ਮੱਥਾ ਮਾਰਦਾ, ਘਰੇ ਛੱਡ ਕੇ ਮਰੂਤੀ ਜਹੀ ਨਾਰ ਮਿੱਤਰ। ਆਪਣੇ ਸਰੋਤਿਆਂ ਨੂੰ, ਨਵੇਂ ਗਾਇਕਾਂ ਨੂੰ, ਆਪਣੇ ਪਿਆਰ ਕਰਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਦੇਖੋ, ਤੁਸੀਂ ਚੰਗਾ ਲਿਖੋ, ਚੰਗਾ ਸੁਣੋ, ਇਹੋ ਜਿਹਾ ਨਾ ਲਿਖੋ ਜਿਹਨੂੰ ਅਸੀਂ ਆਪੇ ਨਾ ਸੁਣ ਸਕੀਏ, ਵੀ ਵਧੀਆ ਲਿਖੋ, ਨਾ ਲਿਖੋ ਕੋਈ ਉਹਦੇ ਮਿਹਣਾ ਨਹੀਂ ਹੈ, ਗਾਉਣ ਵਾਲਿਆਂ ਦੇ ਵੀ ਇਹੀ ਹੈ, ਦੇਖੋ ਵਧੀਆ ਗਾਓ, ਕਿਉਂਕਿ ਹੁਣ ਆਪਾਂ ਜਾਂ TV ਚੱਲ ਪਏ, ਚੈਨਲ ਚੱਲਦੇ ਨੇ, ਘਰ 'ਚ ਬੈਠ ਕੇ ਸੁਣਨਾ, ਬੱਚਿਆਂ ਨੇ ਵੀ ਸੁਣਨਾ, ਮਾਵਾਂ ਨੇ, ਭੈਣਾਂ ਨੇ, ਸਭ ਨੇ ਸੁਣਨਾ, ਵੀ ਇਹੋ ਜਿਹਾ ਨਾ ਹੋਵੇ ਕਿ TV ਬੰਦ ਕਰਨਾ ਪਵੇ ਜਾਂ ਤੁਹਾਨੂੰ ਉੱਠ ਕੇ ਪਤਾ ਜਾਣਾ ਪਵੇ, ਇਹੋ ਜਿਹਾ। ਠੀਕ ਹੈ, ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ।